अज तक तां संसारे सिख पत्रकारी ने संसार नूं इह ही नहीं दस्या अहीं पिट पिट मर गए हां। वो अकाल तख्त ते रहिश नहीं सी हुंदी। देखो मैडम जी, कला मोहकम सिंह नहीं आया जी जी ओथे लड़न वालिया विचो घटो घट अद्धा बंदे जान सन जां तीजा हिस्सा बाहर आए आ। बिलकुल देखो मैडम जी, मैं अज कोई गल कह देना ते चंगी नहीं लगूगी, पर मैं तुहानू सच्चाई ये है कि संतां ने मैनूं एक रुका लिख के दिता सी। जी ਉਹ ਰੁੱਕਾ ਮੈਂ ਬਾਬਾ ਠਾਕਰ ਸਿੰਘ ਤੱਕ ਪਹੁੰਚਾਉਣਾ ਸੀ ਤੇ ਮੈਂ ਉਹ ਪਹੁੰਚਾ ਦਿੱਤਾ। ਪੁੱਛਾਂਗੇ ਕਿ ਸਾਨੂੰ 84 ਸਮੇਂ ਦਿੱਤੀਆਂ ਕੁਰਬਾਨੀਆਂ ਦਾ ਕੀ ਫਾਇਦਾ ਹੋਇਆ ਭਾਈ ਸਾਹਿਬ ਤੁਹਾਡੇ ਮੁਤਾਬਕ? ਕਿ ਹਥਿਆਰਬੰਦ ਵੀ ਲੜਾਈ ਲੜੀ ਸਰਕਾਰ ਨੇ, ਉਹਦੇ 'ਚ ਇੰਦਰਾ ਤੋਂ ਲੈ ਕੇ ਵੈਦਿਆ ਤੋਂ ਲੈ ਕੇ ਆਪਣੇ ਹੋਰ ਪਤਾ ਹੀ ਨਹੀਂ ਗਿਣਤੀ ਅਸੀਂ ਮੈਂ ਕਿਹਦੀ ਕਰ ਸਕਦਾ ਕਿਹਦੀ ਛੱਡ ਸਕਦਾ। ਇੱਥੇ ਅਚਕੇਲ ਆਫ ਪਤਾ ਨਹੀਂ ਕਿਹੜੇ ਕਿਹੜੇ ਮਾਕਣ ਹੈ, ਅਰਜੁਨ ਦਾਸ ਪਤਾ ਨਹੀਂ ਕਿੰਨਾ ਕੁਝ, ਮੈਂ ਹੁਣ ਚੇਤਾ ਵੀ ਨਹੀਂ। ਉਹਨਾਂ ਲੋਕਾਂ ਨੇ ਉਹ ਕੰਮ ਵੀ ਕਰ ਦਿੱਤਾ ਵੀ ਤਿੰਨ ਫਰੰਟਾਂ ਤੇ ਜੇ ਸਰਕਾਰ ਨੇ ਲੜਾਈ ਲੜੀ ਸਿੱਖਾਂ ਨੇ ਵੀ ਤਿੰਨਾਂ ਤੇ ਜਵਾਬ ਦਿੱਤਾ ਉਹਨਾਂ ਨੇ। ਅੰਮ੍ਰਿਤਸਰ ਟਾਈਮਜ਼ ਦੇ ਨਾਲ ਇਸ ਵੇਲੇ ਤੁਸੀਂ ਜੁੜ ਚੁੱਕੇ ਹੋ। ਬਲਰਾਜ ਪੰਨੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੂਨ 1984 ਅਜਿਹਾ ਜ਼ਖਮ ਹੈ ਜੋ ਸਾਡੇ ਤਨਾਂ ਤੋਂ ਬੇਸ਼ੱਕ ਮਿਟ ਜਾਵੇ, ਪਰ ਮਨਾਂ ਤੇ ਉੱਕਰੀਆਂ ਇਹ ਦਰਦ ਭਰੀਆਂ ਇਬਾਰਤਾਂ ਕਈ ਪੀੜ੍ਹੀਆਂ ਤੱਕ ਚੇਤੇ ਰਹਿਣਗੀਆਂ। ਸਮੇਂ ਦੀ ਜ਼ਾਲਮ ਸਰਕਾਰ ਨੇ ਜਿੱਥੇ ਸਿੱਖ ਜੁਝਾਰੂ ਕੌਮ ਨੂੰ ਕੁਚਲਣ ਦੀ ਜਾਬਰ ਕੋਸ਼ਿਸ਼ ਕੀਤੀ, ਉੱਥੇ ਸਿੱਖਾਂ ਦੇ ਮੱਕੇ, ਉਹਨਾਂ ਦੇ ਪਵਿੱਤਰ ਅਸਥਾਨ, ਸਾਂਝੀਵਾਲਤਾ ਦੇ ਪ੍ਰਤੀਕ, ਗਿਆਨ ਦੇ ਮੁਜੱਸਮੇ ਸ੍ਰੀ ਹਰਿਮੰਦਰ ਸਾਹਿਬ ਉੱਪਰ ਫੌਜਾਂ ਚੜਾ ਦਿੱਤੀਆਂ। ਅੱਜ ਅਸੀਂ ਜੂਨ 84 ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਨੇ ਭਾਈ ਮੋਹਕਮ ਸਿੰਘ ਜੀ। ਭਾਈ ਮੋਹਕਮ ਸਿੰਘ ਜੀ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਰਹੇ ਨੇ, ਖਾੜਕੂ ਸਿੱਖ ਲਹਿਰ ਦੀ ਵੀ ਉਹਨਾਂ ਨੇ ਅਗਵਾਈ ਕੀਤੀ ਹੈ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੀ ਨਾਲ ਬਹੁਤ ਉਹਨਾਂ ਦੇ ਨੇੜੇ ਰਹੇ। ਅੱਜ ਜੂਨ 84 ਦੇ ਦੁਖਾਂਤ ਬਾਰੇ ਉਹਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ। ਜੀ ਭਾਈ ਸਾਹਿਬ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਜੂਨ 1984 ਨੂੰ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ ਸਿੱਖ ਘੱਲੂਘਾਰਾ ਵੀ ਕਿਹਾ ਜਾਂਦਾ, ਬਲੂ ਸਟਾਰ ਜਾਂ ਬੈਟਲ ਆਫ ਅੰਮ੍ਰਿਤਸਰ ਦੇ ਨਾਮ ਨਾਲ ਜਾਣਿਆ ਜਾਂਦਾ, ਤੁਹਾਨੂੰ ਕਿਹੜੀ ਸ਼ਬਦਾਵਲੀ ਜਿਹੜੀ ਆ ਉਹ ਢੁਕਵੀਂ ਲੱਗਦੀ ਹੈ? ਮੈਨੂੰ ਘੱਲੂਘਾਰਾ ਸ਼ਬਦ ਜਿਹੜਾ ਹੈ ਇਹ ਸਿੱਖਾਂ ਦੇ ਇਤਿਹਾਸ ਵਿੱਚ ਪਹਿਲਾਂ ਵੀ ਦੋ ਵਾਰੀ ਵਾਪਰ ਚੁੱਕਾ ਹੈ ਜੀ, ਇਹ ਜ਼ਿਆਦਾ ਸੈੱਟ ਬੈਠਦਾ ਕਿਉਂਕਿ ਹਿਸਟੋਰੀਕਲੀ ਸ਼ਬਦ ਹੈ। ਤੇ ਭਾਈ ਸਾਹਿਬ, ਇਹਦੇ ਵਾਪਰਨ ਦੇ ਹਾਲਾਤ ਜਿਹੜੇ ਆ ਉਹ ਕਿਵੇਂ ਬਣੇ? ਕੀ ਨੌਬਤ ਆ ਗਈ ਕਿ ਸਿੱਖਾਂ ਨੂੰ ਹਥਿਆਰਬੰਦ ਮੋਰਚੇ ਜਿਹੜੇ ਨੇ ਉਹ ਗੱਡਣੇ ਪਏ? ਦੇਖੋ ਬੀਬਾ, ਗੱਲ ਇਹ ਆ ਕਿ ਜੂਨ 84 ਦਾ ਜਿਹੜਾ ਸਾਕਾ ਹੈ ਜੀ, ਇਹਦੇ ਇਹ ਤਿੰਨ ਹਿੱਸਿਆਂ ਵਿੱਚ ਹੈ ਜੀ। ਇੱਕ ਤਾਂ ਉਸ ਤੋਂ ਪਹਿਲਾਂ ਕਾਰਨ ਕੀ ਸੀ, ਇਹ ਹੋਇਆ ਕਿਉਂ ਜੀ। ਦੂਸਰਾ ਇਹ ਆ ਕਿ ਇਹਦੇ ਵਿੱਚ ਹੋਇਆ ਕੀ ਹੈ। ਬਿਲਕੁਲ। ਤੀਸਰਾ ਇਹ ਹੈ ਕਿ ਇਸ ਤੋਂ ਬਾਅਦ ਇਹਦੇ ਨਤੀਜੇ ਕੀ ਨਿਕਲੇ ਆ ਤੇ ਗਾਂ ਕੀ ਨਿਕਲਣਗੇ। ਭੂਤ, ਭਵਿੱਖ ਤੇ ਵਰਤਮਾਨ ਤਿੰਨਾਂ ਚੀਜ਼ਾਂ ਦਾ ਇਹ ਇੱਕ ਸੰਧੀ ਦਾ ਥਾਂ ਬਣ ਗਿਆ। ਬਿਲਕੁਲ। ਜਿਸ ਨੂੰ ਨਖੇੜਿਆ ਨਹੀਂ ਜਾ ਸਕਦਾ ਇਹਨਾਂ ਤਿੰਨਾਂ ਚੀਜ਼ਾਂ ਨੂੰ, ਇੱਕ ਤਾਂ ਮੈਂ ਇਹ ਸਮਝਦਾ ਜੀ। ਦੂਸਰਾ ਜਿਹੜਾ ਤੁਸੀਂ ਕਿਹਾ ਕਿ ਇਹ ਕਾਰਨ ਕੀ ਬਣੇ, ਕਾਰਨ ਜੋ ਮੈਂ ਸਮਝਦਾ ਮੈਂ ਤਾਂ ਉਹ ਦੱਸਾਂਗਾ, ਬਾਕੀ ਵੱਖ ਵੱਖ ਵਿਚਾਰ ਕਿਸੇ ਦੇ ਵੀ ਹੋ ਸਕਦੇ ਆ। ਬਿਲਕੁਲ। ਇੱਕ ਤਾਂ ਇਹ ਗੱਲ ਤੁਹਾਨੂੰ ਸਭ ਨੂੰ ਸਾਨੂੰ ਸਮਝਣੀ ਚਾਹੀਦੀ ਹੈ ਕਿ ਇਹ ਸੰਤ ਜਰਨੈਲ ਸਿੰਘ ਕੋਈ ਇੱਕ ਵਿਅਕਤੀ ਨਹੀਂ ਸੀ, ਨਾ ਕੋਈ ਪਰਿਵਾਰ ਦਾ ਮੈਂਬਰ ਸੀ, ਨਾ ਕੋਈ ਸਰਮਾਏਦਾਰ ਸੀ, ਨਾ ਕੋਈ ਬਹੁਤ ਵੱਡਾ ਕੋਈ ਅਹੁਦੇ ਤੇ ਬੈਠਾ ਅਫਸਰ ਸੀ ਜਾਂ ਕੁਛ ਨਹੀਂ ਸੀ। ਇੱਕ ਸੰਸਥਾ ਦਾ ਮੁਖੀ ਬਣਿਆ, ਘਰ ਉਹਦਾ ਜਿਹੋ ਜਿਹੇ ਜੱਦਣ ਛੱਡ ਕੇ ਆਇਆ ਸੀ, ਕੱਚੇ ਕੋਠੇ ਛੱਡ ਕੇ ਆਏ ਤੇ ਕੱਚੇ ਕੋਠੇ ਉਹਦੇ ਸ਼ਹਾਦਤ ਤੋਂ ਬਾਅਦ ਸੀ, ਉਹਦੇ ਉਹਦੇ ਬੈਂਕ ਦੇ ਵਿੱਚ 100 ਰੁਪਈਆ ਵੀ ਨਹੀਂ ਕਿਸੇ ਨੇ ਲੱਭਿਆ ਜੀ। ਇਸ ਤਰ੍ਹਾਂ ਦਾ ਉਹ ਉਹਦੀ ਸ਼ਖਸੀਅਤ ਸੀ, ਪੰਨ ਦੀ ਚੀਜ਼ ਪੰਨ ਚ ਵਰਤਾਉਂਦਾ ਸੀ ਤੇ ਉਹਦੇ ਨਾਲ ਮਤਲਬ ਕਿ ਲੋਕ ਇਸੇ ਕਰਕੇ ਲੋਕ ਉਹਦੇ ਨਾਲ ਜੁੜਦੇ ਸਨ ਜੀ। ਬਾਕੀ ਉਹ ਅੰਦਰ ਦਾ ਤੇ ਬਾਹਰ ਦਾ ਇੱਕੋ ਜਿਹਾ ਸੀ ਜੀ। ਉਹ ਫੈਸਲਾ ਕਰਨ ਲੱਗਿਆ ਬੜਾ ਸੋਚ ਕੇ ਕਰਦਾ ਸੀ, ਪਰ ਜੇ ਕਰ ਲੈਂਦਾ ਸੀ ਤੇ ਉਹਦੇ ਤੋਂ ਪਿੱਛੇ ਨਹੀਂ ਸੀ ਹਟਦਾ। ਉਹਦੀ ਇੱਕ ਇਹ ਸੀ ਵੀ ਕਰਨ ਤੋਂ ਪਹਿਲਾਂ ਉਹਨੇ ਬਹੁਤ ਸੋਚਣਾ ਜੀ, ਪਰ ਜਦੋਂ ਕਰ ਲਿਆ ਫੈਸਲਾ ਮੁੜ ਕੇ ਉੱਥੇ ਖੜ ਜਾਣਾ ਵੀ ਆਹ ਮੈਂ ਕਰ ਲਿਆ ਤੇ ਹੁਣ ਮੈਂ ਇੱਥੇ ਖੜਾ ਜੀ। ਨਾ ਉਹ ਡਰਦਾ ਸੀ, ਨਾ ਉਹ ਵਿਕਦਾ ਸੀ ਜੀ, ਤੇ ਨਾ ਹੀ ਉਹ ਅੰਦਰ ਬਾਹਰ ਵੱਖੋ ਵੱਖਰੀ ਗੱਲ ਕਰਦਾ ਸੀ ਕਿਸੇ ਨਾਲ ਵੀ, ਇੱਥੇ ਕੁਛ ਕਰ ਲਈ ਉੱਥੇ ਕੁਛ ਕਰ ਲਈ, ਨਾ ਜੋ ਕਹਿਣਾ ਉਹਨੇ ਇੱਕੋ ਜਿਹੀ ਗੱਲ ਕਹਿਣੀ, ਪਬਲਿਕ ਸਟੇਜ ਤੇ ਵੀ ਉਹ ਕਹਿ ਦੇਣਾ, ਕਮਰੇ ਚ ਵੀ ਉਹੀ ਕਹਿ ਦੇਣਾ। ਬਿਲਕੁਲ ਸੈਂਟਰ ਦਾ ਤੇ ਸੰਤ ਜਰਨੈਲ ਸਿੰਘ ਦਾ ਸਿੱਧੋ ਸਿੱਧਾ ਵਾਸਤਾ ਸੀ। ਸੰਤ ਜਰਨੈਲ ਸਿੰਘ ਉਹਨਾਂ ਨਾਲ ਗੱਲ ਕਰਨ ਲਈ ਤਾਂ ਤਿਆਰ ਸੀ,
ਸੰਤ ਜਰਨੈਲ ਸਿੰਘ ਉਹਨਾਂ ਨਾਲ ਮਸਲਿਆਂ ਨੂੰ ਖੰਗਾਲਣ ਲਈ, ਮਸਲਿਆਂ ਦੇ ਉੱਤੇ ਬੈਠਣ ਲਈ ਤਾਂ ਤਿਆਰ ਸੀ, ਪਰ ਉਹਨਾਂ ਦੀ ਈਨ ਮੰਨਣ ਲਈ ਤਿਆਰ ਨਹੀਂ ਸੀ। ਬਿਲਕੁਲ, ਜਿਹੜੀ ਕਿ ਉਹ ਇੱਕ ਸਾਡੇ ਉਹ ਜਿਹੜੇ ਹਿੰਦੁਸਤਾਨ ਦੇ ਉਦੋਂ ਪ੍ਰਧਾਨ ਮੰਤਰੀ ਸੀ ਦੇਸ਼ ਦੀ, ਉਹ ਮਤਲਬ ਕਿ ਉਹਦਾ ਸੁਭਾਅ ਹੀ ਇਸ ਕਿਸਮ ਦਾ ਸੀ ਕਿ ਉਹ ਈਨ ਮਨਾਉਣਾ ਆਪਣੀ ਇੱਕ ਉਹਨਾਂ ਦਾ ਇੱਕ ਸੁਭਾਅ ਦਾ ਹਿੱਸਾ ਸੀ। ਜੀ 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 ਬਿਲਕੁਲ ਬਿਲਕੁਲ, ਇਹ ਟਕਰਾਓ ਦਾ ਕਾਰਨ ਸੀ। ਜੀ ਦੂਜਾ ਮਸਲਾ ਇਹ ਸੀ ਕਿ ਲੜਾਈ ਕਿੱਡੀ ਭਿਆਨਕ ਸੀ, ਕਿੱਡੀ ਸੀ, ਉਹ ਸਥਿਤੀ ਇੱਕ ਅਲੱਗ ਹੈ। ਹੁਣ ਆ ਗਈ ਜਿਹੜੀ ਉਸ ਤੋਂ ਬਾਅਦ ਦੀਆਂ ਘਟਨਾਵਾਂ ਨੇ, ਉਸ ਤੋਂ ਬਾਅਦ ਸਿੱਖ ਕੌਮ ਨੇ ਪ੍ਰਾਪਤ ਕੀ ਕੀਤਾ ਤੇ ਗਵਾਇਆ ਕੀ, ਤੇ ਸਿੱਖਾਂ ਨਾਲ ਵਾਪਰੀ ਕੀ, ਸਿੱਖਾਂ ਨਾਲ ਧੋਖਾ ਕੀ ਹੋ ਗਿਆ, ਤੇ ਸਿੱਖਾਂ ਨਾਲ ਅਸਲ ਵਿੱਚ ਜਿਹੜੀ ਲੀਡਰਸ਼ਿਪ ਸੀ, ਸਰਕਾਰ ਲੀਡਰਸ਼ਿਪ ਹੀਣ ਕਰਨਾ ਚਾਹੁੰਦੀ ਸੀ, ਸਰਕਾਰ ਨੇ ਸਾਨੂੰ ਲੀਡਰਸ਼ਿਪ ਹੀਣ ਕਰ ਦਿੱਤਾ। ਉਹਨਾਂ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ, ਬਠਾਰਾ ਸਿੰਘ, ਜਨਰਲ ਸ਼ਬੇਕ ਸਿੰਘ, ਸੁਜਾਨ ਸਿੰਘ, ਜਹੇਦਾਰ ਰਾਮ ਸਿੰਘ, ਰਿਛਪਾਲ ਸਿੰਘ, ਗੁਰਮੁਖ ਸਿੰਘ, ਜਾਣੀ ਕਿ ਜੋ ਮਤਲਬ ਉਹਨਾਂ ਦੇ ਦੋ ਨੰਬਰ ਦੇ ਵੀ ਬੰਦੇ ਸੀ, ਉਹ ਸਾਰੇ ਦੇ ਸਾਰੇ ਉਸ ਲੜਾਈ ਦੇ ਵਿੱਚ ਸ਼ਹਾਦਤਾਂ ਪਾ ਗਏ। ਜਿਹੜੇ ਥੋੜੇ ਬਲੇ ਬਚੇ, ਕੋਈ ਇੱਕ ਦੋ, ਇੱਕ ਦਾ ਉਹ ਜੋਧਪੁਰ ਚਲੇ ਗਏ, ਕੋਈ ਪਾਰ ਲੰਘ ਗਏ, ਕੋਈ ਸੱਜੇ ਖੱਬੇ, ਕੋਈ ਹਾਲਾਤਾਂ ਵਿੱਚ ਪਿੱਛੇ ਵੀ ਹਟ ਜਾਂਦੇ ਨੇ, ਕੋਈ ਬਾਹਰ ਵੀ ਨਿਕਲ ਗਏ ਦੇਸ਼ਾਂ ਨੂੰ, ਤੋ ਇਹ ਸਥਿਤੀ ਜਿਹੜੀ ਸੀ ਇਹ ਸੀ। ਪਰ ਜਿਹੜੇ ਇੱਥੇ ਰਹਿ ਗਏ ਉਹਨਾਂ ਨੇ ਫਿਰ ਇਕੱਠਿਆਂ ਕਰਕੇ ਇੱਕ ਲੜਾਈ ਲੜੀ ਪੰਜਾਬ ਦੇ ਅੰਦਰ। ਲੜਾਈ ਇਸ ਢੰਗ ਦੀ ਲੜੀ ਕਿ ਉਹਨਾਂ ਨੇ ਜਿਹੜਾ ਅਕਾਲ ਤਖ਼ਤ ਉਹਨਾਂ ਢਾਇਆ ਸੀ ਸਿੱਖਾਂ ਨੇ ਉਹ ਬਣਾਇਆ। ਜੇ ਉਹ ਪਹਿਲੇ ਸਾਲ 6 ਜੂਨ ਆਇਆ ਤੇ ਸਿੱਖਾਂ ਨੇ ਦਰਬਾਰ ਸਾਹਿਬ ਚ ਮਨਾਇਆ, ਅਕਾਲੀਆਂ ਨੇ 9 ਨੂੰ ਮਨਾਇਆ, ਸਿੱਖਾਂ ਨੇ 6 ਜੂਨ ਨੂੰ ਮਨਾਇਆ। ਜੇ ਉਹ ਇੰਦਰਾ ਗਾਂਧੀ ਦੀ ਪਹਿਲੀ ਬਰਸੀ ਮਨਾ ਰਹੇ ਤੇ ਸਿੱਖ ਇੱਥੇ ਅੰਮ੍ਰਿਤਸਰ ਤੇ ਪਹਿਲੀ ਉਸੇ ਨੂੰ ਇੰਦਰਾ ਨੂੰ ਮਾਰਨ ਵਾਲੇ ਬੇਅੰਤ ਸਿੰਘ ਦੀ ਮਨਾ ਰਹੇ ਸੀ, ਇਹ ਹੁੰਦਾ ਟਕਰਾਓ ਨਾ ਟਕਰਾਓ। ਜੇ ਉਹਨਾਂ ਨੇ ਫੌਜੀ ਅਫਸਰਾਂ ਨੂੰ ਸਨਮਾਨਿਤ ਕੀਤਾ ਉਹਨਾਂ ਦਿਨਾਂ ਦੇ ਵਿੱਚ ਆ ਕੇ, ਮਤਲਬ ਕਿ ਅਕਤੂਬਰ ਦੇ ਇਹਨਾਂ ਦਿਨਾਂ ਵਿੱਚ ਆ ਕੇ ਉਹਨਾਂ ਨੂੰ ਤਖਮੇ ਦਿੱਤੇ, ਸਭ ਕੁਛ ਦਿੱਤੇ, ਤੇ ਸੇਮ ਉਹਦੇ ਤੋਂ ਬਾਅਦ 20-25 ਦਿਨ ਜਾਂ ਮਹੀਨੇ ਦੇ ਵਿੱਚ ਮਹਿਤੇ ਸ਼ਹੀਦੀ ਸਮਾਗਮ ਕਰਕੇ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੂੰ ਜਿੰਨੀ ਕੋ ਪਹੁੰਚ ਸੀ ਜਥੇਬੰਦੀਆਂ ਦੀ ਜਾਂ ਆਪਣੇ ਉਸ ਸਮੇਂ ਦੀ ਸਾਲ ਦੀ ਜਾਂ ਕੁਛ ਵੀ ਫੈਡਰੇਸ਼ਨ, ਉਹਨਾਂ ਨੇ ਉਹਨਾਂ ਨੂੰ ਸਰੋਪੋ ਦੇ ਕੇ ਦਸਤਾਰਾਂ ਦੇ ਕੇ ਉਹਨਾਂ ਨੂੰ 1000-1100 ਰੁਪਇਆ ਜੋ ਵੀ ਪਹੁੰਚ ਸੀ ਦੇ ਕੇ ਤੇ ਉਹਨਾਂ ਦੀ ਅਰਦਾਸ ਕਰਕੇ ਕਹਿਤਾ ਜੇ ਤੁਸੀਂ ਉਹਨਾਂ ਨੂੰ ਕੀਤਾ ਤੇ ਅਸੀਂ ਵੀ ਇਹਨਾਂ ਨੂੰ ਕੀਤਾ। ਉਹਨਾਂ ਨੇ ਕਿਹਾ ਅਸੀਂ ਤਖ਼ਤ ਢਾਇਆ ਤੁਹਾਡਾ, ਸਿੱਖਾਂ ਨੇ ਕਿਹਾ ਤੁਸੀਂ ਢਾਇਆ ਤੇ ਅਸੀਂ ਬਣਾਵਾਂਗੇ, ਤੇ ਸਿੱਖਾਂ ਨੇ ਬਣਾ ਲਿਆ। ਦੇਖੋ ਇਹ ਲੜਾਈ ਦਾ ਲੜਾਈ ਤੁਸੀਂ ਇਹ ਨਹੀਂ ਕਹਿ ਸਕਦੇ, ਇਗਨੋਰ ਨਹੀਂ ਕਰ ਸਕਦੇ ਵੀ ਲੜਾਈ ਚੋਂ ਬਾਹਰ ਗਏ। ਇੱਕ ਪੋਲੀਟੀਕਲ ਤੌਰ ਤੇ ਹਾਲਾਤਾਂ ਦੇ ਵਿੱਚ ਇੰਨੇ ਬੁਰੇ ਹਾਲਾਤਾਂ ਵਿੱਚ, ਇੱਕ ਤੁਹਾਡੀ ਜਾਣਕਾਰੀ ਲਈ ਹੈ ਕਿ 79 ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਈ, ਦੂਜੀ ਆ ਕੇ 96-97 ਜਾ ਕੇ ਹੁੰਦੀ ਹੈ, 18 ਸਾਲਾਂ ਬਾਅਦ ਇਲੈਕਸ਼ਨ ਹੀ ਸ਼੍ਰੋਮਣੀ ਕਮੇਟੀ ਦੀ ਹੁੰਦੀ, ਇਲੈਕਸ਼ਨ ਨਹੀਂ ਹੋਏਗੀ ਇਹਦਾ ਮਤਲਬ ਜਿੰਨੇ ਜਿਹੜੇ ਸ਼੍ਰੋਮਣੀ ਕਮੇਟੀ ਬੈਠੇ ਆ ਉਹ ਲੀਡਰ ਨੇ ਤੇ ਉਹ ਹੀ ਪੰਥ ਨੇ ਤੇ ਉਹ ਹੀ ਸਭ ਕੁਛ ਹੈ ਜੀ, ਉਹਨਾਂ ਕੋਲ ਸੈਂਟਰ ਹੈ, ਸਰਕਾਰ ਸੈਂਟਰ ਉਹਨਾਂ ਅਕਾਲੀਆਂ ਦੇ ਮਗਰ ਇੱਥੋਂ ਤੱਕ ਖੜ ਗਈ। ਨੰਬਰ 2, ਜੇ 99 ਦੀ ਇਲੈਕਸ਼ਨ ਉਹਨਾਂ ਨੇ ਡਿਕਲੇਅਰ ਕਰ ਦਿੱਤੀ, ਉਹਨਾਂ ਦੇ ਮਨ ਚ ਇਹ ਵੀ ਇੱਕ ਪਾਸੇ ਅਕਾਲੀ ਲੜਨਗੇ, ਇੱਕ ਪਾਸੇ ਗਰਮ ਇਹ ਲੜਨਗੇ ਤੇ ਦੋ ਸਹੀ ਹੋ ਜੂ ਕਾਂਗਰਸ ਦਾ ਲੱਗ ਸਕਦਾ, ਤੋ ਸਿੱਖਾਂ ਨੇ ਯਕਦਮ ਉਹਨਾਂ ਦੇ ਹੱਥ ਚ ਪੱਕ ਪੂਰਿਆ ਸਿੰਘਾਂ ਦੇ, ਤੇ ਸਿੱਖ ਸਾਡੇ ਉਸ ਸਮੇਂ ਅਸੀਂ ਸਭ ਦੀਆਂ ਜਮਾਨਤਾਂ ਜ਼ਬਤ ਕਰਾਤੀਆਂ ਪੰਜਾਬ ਦੇ ਵਿੱਚ, ਸਾਡੇ ਬਾਬਾ ਜਗਿੰਦਰ ਸਿੰਘ ਨੇ, ਫੈਡਰੇਸ਼ਨ ਨੇ, ਟਕਸਾਲ ਨੇ ਰਲ ਮਿਲ ਕੇ। ਤੋ ਉਹਦੇ ਚ ਜਿਹੜੇ ਜੇਲ੍ਹਾਂ ਚ ਵੀ ਕੋਈ ਬੈਠੇ ਸੀ ਉਹ ਵੀ ਜਿਤਾ ਦਿੱਤੇ ਗਏ, ਜਿਹਨਾਂ ਚ ਮਾਨਵੀ ਹੈ, ਚੰਦਰਪਾਲ ਵੀ, ਹੋਰ ਵੀ ਬੜੇ ਸਨ, ਜਾਂ ਬੇਅੰਤ ਇੰਦਰਾ ਗਾਂਧੀ ਨੂੰ ਮਾਰਨ ਵਾਲਾ ਬੇਅੰਤ ਸਿੰਘ ਦੇ ਘਰੋਂ ਬੀਬੀ ਬਿਮਲ ਕੌਰ ਸੀ, ਉਹਨਾਂ ਦੇ ਬਾਪ ਨੂੰ ਵੀ, ਉਹ ਏਦਾਂ ਵਗੈਰਾ ਵਗੈਰਾ, ਉਹ ਜਿਤਾ ਦਿੱਤੇ। ਮਤਲਬ ਜਾਣੀ ਕਿ ਸਿੱਖਾਂ ਨੇ ਉਹਨਾਂ ਨੂੰ ਜਵਾਬ ਦਿੱਤਾ, ਇਹ ਤਾਂ ਸੀ ਪੋਲੀਟੀਕਲ ਜਵਾਬ ਤੇ ਧਾਰਮਿਕ ਜਵਾਬ, ਧਾਰਮਿਕ ਜਵਾਬ ਵੀ ਦਿੱਤਾ ਤੇ ਪੋਲੀਟੀਕਲ ਵੀ ਦਿੱਤਾ। ਰਹੀ ਗੱਲ ਇਹ ਕਿ ਉਹਨਾਂ ਨੇ ਸਾਨੂੰ ਕੁੱਟਿਆ ਤੇ ਮਾਰਿਆ ਸੀ ਤੇ ਉਹਦੇ ਵਿੱਚ ਕੁਝ ਬੰਦੇ ਜਜ਼ਬਾਤੀ ਹੋ ਗਏ, ਉਹਨਾਂ ਜਜ਼ਬਾਤੀ ਹੋ ਕੇ ਹਥਿਆਰ ਚੱਕ ਕੇ ਹਥਿਆਰਬੰਦ ਵੀ ਲੜਾਈ ਲੜੀ ਸਰਕਾਰ ਨਾਲ, ਉਹਦੇ ਚ ਇੰਦਰਾ ਤੋਂ ਲੈ ਕੇ ਵੈਦਿਆ ਤੋਂ ਲੈ ਕੇ ਆਪਣੇ ਹੋਰ ਪਤਾ ਹੀ ਨੀ ਗਿਣਤੀ, ਅਸੀਂ ਮੈਂ ਕਿਹਦੀ ਕਰ ਸਕਦਾ, ਕਿਹਦੀ ਛੱਡ ਸਕਦਾ, ਇੱਥੇ ਐਚਕੇਐਲ ਆਫਿਸ ਪਤਾ ਨੀ ਕਿਹੜੇ ਕਿਹੜੇ ਮਾਕਣ ਹੈ, ਅਰਜੁਨ ਦਾਸ ਪਤਾ ਨੀ ਕਿੰਨਾ ਕੁ ਜੀ, ਮੈਂ ਹੁਣ ਚੇਤਾ ਵੀ ਨਹੀਂ। ਉਹਨਾਂ ਲੋਕਾਂ ਨੇ ਉਹ ਕੰਮ ਵੀ ਕਰ ਦਿੱਤਾ ਵੀ ਤਿੰਨ ਫਰੰਟਾਂ ਤੇ ਜੇ ਸਰਕਾਰ ਨੇ ਲੜਾਈ ਲੜੀ, ਸਿੱਖਾਂ ਨੇ ਵੀ ਤਿੰਨਾਂ ਤੇ ਜਵਾਬ ਦਿੱਤਾ ਉਹਨਾਂ ਜੀ। ਇਹ ਨੀ ਤੁਸੀਂ ਕਹਿ ਸਕਦੇ ਵੀ ਸਿੱਖ ਉਦੋਂ ਬਾਅਦ ਕੀ ਕੀਤਾ, ਸਿੱਖਾਂ ਨੇ ਬਹੁਤ ਕੁਝ ਕੀਤਾ, ਸਿੱਖਾਂ ਨੇ ਬਿਨਾਂ ਲੀਡਰਸ਼ਿਪ, ਸੈਂਟਰੀ ਲੀਡਰਸ਼ਿਪ, ਸੈਂਟਰ ਦੀ ਲੀਡਰਸ਼ਿਪ ਤੋਂ ਬਗੈਰ, ਇੱਕ ਵਿਅਕਤੀ ਦੇ ਆਗੂ ਹੋਣ ਤੋਂ ਬਗੈਰ ਵੀ ਸਿੱਖ ਲੜੇ ਆ ਜੀ, ਬੜੀ ਬਾਖੂਬੀ ਨਾਲ ਲੜੇ ਆ। ਉਸ ਸਮੇਂ ਤੁਸੀਂ ਸੰਤ ਜਰਨੈਲ ਸਿੰਘ ਜੀ ਦੇ ਕੋਲ ਅੰਦਰ ਗਏ ਸੀਗੇ, ਜਦੋਂ ਉਹਨਾਂ ਦੀ ਸ਼ਹੀਦੀ ਤੋਂ ਪਹਿਲਾਂ ਦੀ ਮੈਂ ਗੱਲ ਕਰ ਰਹੀ ਹਾਂ ਕਿ ਉਹਨਾਂ ਦੀ ਸ਼ਹੀਦੀ ਤੋਂ ਪਹਿਲਾਂ ਤੁਸੀਂ ਜਦੋਂ ਅੰਦਰ ਗਏ ਸੀਗੇ, ਉਸ ਸਮੇਂ ਸਿਚੁਏਸ਼ਨ ਜਿਹੜੀ ਸੀਗੀ ਉਹ ਕੀ ਸੀ? ਦੇਖੋ ਇਹ ਸੰਤ ਜਰਨੈਲ ਸਿੰਘ ਬੜਾ ਦ੍ਰਿੜਤਾ ਨਾਲ ਖੜਾ ਸੀ ਜੀ, ਉਹਨਾਂ ਦੇ ਚਿਹਰੇ ਤੇ ਜਰਾ ਜਿਹੀ ਸ਼ਿਕਲ ਨਹੀਂ ਸੀ ਜੀ ਵੀ ਕੋਈ ਮੈਂ ਮਤਲਬ ਕਿ ਕੋਈ ਗਲਤ ਹੋ ਗਿਆ ਜਾਂ ਮੇਰੇ ਨਾਲ ਕੋਈ ਹੋ ਸਕਦਾ ਜਾਂ ਮੈਂ ਸ਼ਹੀਦੀ ਹੋ ਸਕਦੀ ਜਾਂ ਕੁਛ ਹੋਰ, ਇਹ ਉਹਨਾਂ ਦੇ ਦਿਮਾਗ ਦੇ ਉੱਤੇ ਜਦੋਂ ਜਿੰਨਾ ਵੀ ਜਿਹਨੂੰ ਕਹਿ ਦੇ ਕੁਛ ਨਹੀਂ ਸੀਗਾ, ਔਰ ਬੜਾ ਟਨਕਾ ਕੇ ਕਹਿ ਰਹੇ ਸਨ ਜੀ, ਬੜਾ ਟਨਕਾ ਕੇ ਕਹਿ ਰਹੇ ਸਨ
कह रहे, मतलब उन्होंने तो हादसे ना भी बहुत सारिया, वो मखौली बहुत सारे सन बाहर दुनिया नूं, वो लगते ही बड़े गर्म है पर अंदर बह के बहुत हादसे मखौले ठट्ठा वो करते सी नाल दे साथियों ने। जी तो बड़े मतलब हसमुखे सिंगा ना सिंगो, हुण वेखो किन्ने किन्ने की हुंदा किवें हुंदा, ते सिंगो चमकौर दी गली वाला इतिहास भी दोहराउणा पै सकदा, ये जी भी उन्होंने कहा। जी पर जे कोई जाना चाहुंदा ये ना कहो कि मैं साध ने मरवा दिते, खुली छुट्टी है तुसीं जा सकदे हो, उहदे घरां नूं जा सकदे हो, जी एवं साधु ना दोष दे जाए जे, मतलब जाने कि उन्होंने ऐदां दी ना मतलब के हासा करना, ते जी उन्होंने ये भी कहना भी मैं मतलब के मेरा फैसला कि मैं कुर्बानी भावे कर दा जो मर्जी हो, कौम दी हेठी नहीं होण देनी, जी ते मैं मतलब के तोड़ना नहीं कुछ नहीं करना, मैं डट के लड़ांगा आखिरी दम तक लड़ांगा, जां आनंदपुर दा मता दा जिहड़ा मंगा रखियां ने जां ओह ऐलान करेगी, जां मैं फिर इत्थे अपना खड़ के शहादत दे देंगा, मैनू इस तरफ से कोई इच्छा नहीं हैगी। बड़े दृढ़ खड़े सी, इन्नी दृढ़ता नाल सी वो दूजे सिंघां नूं भी बड़ा माहौल करदे सन कि जी तू मुंह ढिल्ला जा करी बैठा, जी तेनू की हो गया वे, मतलब जाने के वो दूजियां नूं भी ना इस तरह मतलब के महसूस करा रहे सन। और जी 31 तारीक की रात सी जां 30 की रात सी मई की, उन्हें सारे जथे नूं सद के सब नूं सरोपो दिते, जी सारे नूं कहा भी सिंघो मेरा सुभाव कुछ कई बार गर्म ही हुंदा, मैं किसे नूं माड़ा चंगा भी बोलिया होगा, कोई गलत भी कहा होगा, किसे नूं ठेस भी पहुंची होनी है, जां कोई जे कोई तुहानूं इहो जिहा लगा होवे तां मैनूं माफ कर दिओ। जी जे कोई जाना चाहुंदा वो जा सकदा, मेरी बेनती है कि खुला सब जा सकदे, मैनूं किसे ते कोई इतराज नहीं, मैं खुद भी चाहुंदा कोई जल चल जाने इत्थों, पर जी जाने लई कोई तैयार नहीं सी। जी जी दूजी गल उन्होंने ये गल कही भी तुहाडा मैं करजा नहीं दे सकता जो जी तुसीं मेरे ते करजा चढ़ाता, जाने कि वो 31-31 दे लागे मतलब क्लीयर सन के ये फाइनल हो गया, पर थले वाले बंदे नूं अजे पूरी गल दा नहीं पता हुंदा जिन्नी कि उन्हां नूं जानकारी सी। जी बिल्कुल तुहाडा मैं करजा जिंदगी च कदे नहीं ला सकदा, मैं कई जन्म धार के भी नहीं ला सकदा जो तुसीं मेरे ते एहसान कीता, तुसीं मेरे जी पिछे दुख भी झल्ले आ, कुट्टां भी खादियां, तसीहे भी कीते आ, भुक्खे त्याए भी रहे हो, तुसीं दिन रात कम भी कीता, मैं तुहाडा करजा नहीं इस जिंदगी तक, मैं कई जिंदगियां च नहीं ला सकदा। जी जाने कि इन्हां दियां मतलब कि सिंघां दे नाल गल्लां भी करदे सन, हासा ठाठा भी करदे सन, ते बड़े आम ही सी जिवें उन्हां वास्ते कोई उन्होंने एक होर गल भी कीती एक दिन, वो जी कहन लगे जिहड़ा सिख हुंदा उहदी मौत, वो कहिंदे वो मौत काहदी हुंदी है, हाथी दी गल च फुल्लां दी माला पाई होवे ते वो धागे नूं माड़ा जिहा सुण जी लावे ते टुट जांदा, वो हाथी दे गल दी माला टुट गई ना टुट गई इन्ना की फर्क हुंदा है, जी उहनूं जे बिल्कुल माला तोड़ना चाहवे ते उहनूं की पीड़ होनी है, जी जी बिल्कुल कहिंदे समस्या कोई नहीं हैगी, मतलब जाने कि उन्होंने इदां दा सवाल सुना। जी बिल्कुल भाई साहब, जिवें कि उन्होंने ये गल कही कि जिहड़े शहीद होना चाहुंदे ने वो नाल रह सकदे ने, जिहड़े जाना चाहुंदे ने जा सकदे ने, जिवें तुसीं जिक्र ही कीता कि उन्होंने कहा कि ये ना कहो कि संत ने मरवा दिता है ना, साध ने मरवाता। साध ने मरवा दिता है ना, पर हाँ जी असल विच संतां कितने कितने अंदर खाते एक चॉइस नहीं सी दित्ती हैगी सिंघां नूं, तुहानूं नहीं लगदा भी फिर उस टाइम तां शहीदी वालों भी मुंह मोड़ लिया ते संतां वालों भी मुंह मोड़ लिया जिहड़े बाहर आ गए जिन्हां दे विच तुसीं भी शामिल सीगे? मैडम जी देखो, ना तो ही शहीदी तो मुंह मोड़िया ते जी ना ही संतां तो मोड़िया ते ना कदे जिंदगी च मोड़ सकदे हैं। एक जी मैं वो व्यक्ति हाँ जिस व्यक्ति दे 5 जी परिवार दे शहीद होए हैं जी जी इस लड़ाई च, मुंह किदा मोड़ लिया जी, नहीं मेरे तीजा कहने का नंबर। ए जी मैडम जी दूसरी गल, जिन्ने केस मेरे ते पए आ, जी मेरा ख्याल चंद बंदे होणगे मेरे बराबर दे जिन्हां दे उत्ते केस इन्ने पए होणगे उदों 84 तो लैके अज तक, जी जी शहीद किदां किदां मोड़ लिया। तुसीं हर थां दे उत्ते चाहे 84 तो लैके 85 गिन लो, 86 गिन लो, सरबत खालसा गिन लो, उदों बाद जेलां च लगे रहे, NS लगियां, उदों बाद आए, हर समय दे उत्ते चाहे जेल च उन्ना समा जेल च उन्ना ही बाहर। जी ये देखो आ हुण बादल दी 10 साल सरकार गई है, इन्दे च वेखो किन्ने केस पाए, मेरे ते अज भी 7 केस ने, जी जी असीं लड़ाई तो नहीं दौड़े, शहादत एक होर चीज है, लड़ाई एक होर चीज है, जी शहादत तां रब ने देनी है, वो बंदा नहीं लै बिल्कुल सकदा, वो जी परमात्मा ने देनी है, देनी है कि नहीं देनी है उन्हूं पता है, पर बंदे दा काम है कर्म करना, असीं अपने कर्म तो नहीं पिछे हटे। जी मेरे नाल दे बहुत ज्यादा मेरे कोलो पढ़े हुए हरमिंदर साहब सिंह साहब लग के चले गए, जी जिन्हें जिहड़े मेरे कोल पढ़ते रहे, ठीक है, पर कहने तो मुराद है कि कोई ड्यूटियां कर गए, कोई बाहर चले गए, कोई विदेश चले गए, कोई सज्जे कर चले गए, कोई घरे बैठ गए, मैं अपने अपनी सारी जिंदगी कौम की लड़ाई विच लगा सी, अज भी लगा ते कल भी लगा रहा, जी मैं जी जी पंच जमया सी, पंच ही रहा, सब पंच ही मैं आपका
ਜਵਾਨੀ ਪਾਈ ਹੈ, ਜਵਾਨ ਪੰਥ ਵਿੱਚ ਹੀ ਮੈਂ ਵਡੇਪੇ ਵੱਲ ਗਿਆ ਤੇ ਪੰਥ ਵਿੱਚ ਹੀ ਮੈਂ ਆਪਣਾ ਅੰਤਲਾ ਸਮਾਂ ਲੈਣਾ, ਸਵਾਸ ਲੈਣਾ, ਮੈਂ ਪੰਥ ਲਈ ਜੰਮਿਆ ਪੰਥ ਲਈ ਮਰਾਂਗਾ, ਇਹ ਤੁਸੀਂ ਮੰਨ ਕੇ ਚੱਲੋ। ਇੱਕ ਗੱਲ ਜੀ ਜੀ ਰਹੀ ਗੱਲ, ਬਿਲਕੁਲ ਦੂਸਰੀ ਗੱਲ ਜੀ, ਸ਼ਹਾਦਤ। ਸ਼ਹਾਦਤ ਸ਼ਬਦ ਹੀ ਕਿਹਾ, ਕੋਈ ਜ਼ਰੂਰੀ ਨਹੀਂ ਹੁੰਦਾ ਕਿ ਹਰ ਬੰਦਾ ਸ਼ਹੀਦ ਹੁੰਦਾ। ਸ਼ਹੀਦ ਇੱਕ ਮੌਕਾ ਹੁੰਦਾ, ਉਹ 84 ਦਾ ਦਿਨ ਲੰਘ ਜਾਂਦਾ, ਉਹ 6 ਜੂਨ ਦਾ ਜਾਂ ਕੋਈ 2-4 ਦਿਨ ਹੋ ਸਕਦੇ ਸੰਚਰਨੇ ਸੁਮੀ, ਮਤਲਬ ਕਿ ਹੋਰ ਢੰਗ ਨਾਲ ਵਿਚਰਦੇ ਹੁੰਦੇ ਜੇ ਕੋਈ ਹੋਰ ਰਸਤਾ ਨਿਕਲ ਆਉਂਦਾ ਤੇ। ਪਰ ਜੇ ਉਹਨਾਂ ਨੂੰ ਸ਼ਹਾਦਤ, ਜੇ ਸਾਨੂੰ ਕੋਈ ਘੇਰ ਕੇ ਸ਼ਹਾਦਤ ਕਰਾਉਣਾ ਚਾਹੁੰਦਾ, ਲੜਨਾ ਚਾਹੁੰਦਾ, ਤੇ ਅਸੀਂ ਕਿਹੜਾ ਭੱਜੇ ਹਾਂ, ਅਸੀਂ ਦੌੜੇ ਹਾਂ, ਅਸੀਂ ਪਿੜ ਨਹੀਂ ਛੱਡਿਆ। ਚਾਹੇ ਪੰਜਾਬ ਦੇ ਗੋਲੀ ਵਰਦੀ ਸੀ ਦੋ ਪਾਸਿਓ, ਫੌਜ ਦੀ ਵਰਦੀ, ਪੁਲਿਸ ਦੀ ਵਰਦੀ, BSF ਦੀ ਵਰਦੀ, CRP, ਅਸੀਂ ਮੈਦਾਨ ਪੰਜਾਬ ਛੱਡ ਕੇ ਭੱਜੇ, ਦੱਸੋ ਜੀ ਨਹੀਂ ਭੱਜੇ? ਲੜਦੇ ਨੇ, ਸਾਡੀ ਸਾਰੀ ਕੌਮ ਲੜਦੀ ਰਹੀ, ਸਾਡੇ ਜਵਾਨ ਸੰਜੇ ਰਾਇਲਸ ਦੇ ਸਾਥੀ ਸਾਰੇ ਲੜੇ ਆ। ਸਿੰਘਾਂ ਨੇ ਜੇਲਾਂ ਨੀ ਕੱਟੀਆਂ, ਤਸੀਹੇ ਨੀ ਕੱਟੇ, ਕੁੱਟਾਂ ਨੀ ਖਾਦੀਆਂ, ਸ਼ਹੀਦ ਨੀ ਪਰਿਵਾਰ ਨੀ ਕਰਾਏ, ਆਪ ਨੀ ਉਹਨਾਂ ਨੇ ਮਤਲਬ ਕਿ ਉਹਨਾਂ ਦੇ ਦੁੱਖ ਹੋਇਆ, ਤਾਂ ਦੱਸੋ ਸੰਤ ਜਰਨੈਲ ਸਿੰਘ ਦੀ ਤਾਂ ਤਕਰੀਬਨ ਲਗਭਗ ਜਿਹੜੇ ਸਾਥੀ ਸੀ ਉਹ ਸਾਰੇ ਕੁਰਬਾਨੀਆਂ ਕਰਕੇ ਸ਼ਹੀਦੀਆਂ ਦੇ ਗਏ, ਬਾਅਦ ਵਿੱਚ ਵੀ ਦੇ ਗਏ, ਜਾਂ ਉਹਨਾਂ ਨੇ ਤਸੀਹੇ ਤੇ ਜੇਲਾਂ ਕੱਟੀਆਂ ਨੇ, ਜਾਂ ਅੱਜ ਵੀ ਕੱਟ ਰਹੇ ਨੇ, ਜਾਂ ਲੜਾਈ ਲੜ ਰਹੇ ਆ, ਉਹ ਨੀ ਦੌੜੇ। ਉਹਨਾਂ ਵਿੱਚੋਂ ਕੋਈ ਚੰਦ ਬੰਦੇ ਘਰੇ ਬਹਿ ਵੀ ਜਾਂਦੇ ਨੇ, ਮੈਂ ਮੰਨਦਾ ਉਹ ਸਾਰੇ ਨੀ ਹੁੰਦੇ, ਜੇ 100 ਚੋਂ 10 ਜਾਂ 5 ਬਹਿ ਵੀ ਗਏ ਤੇ ਫਿਰ ਕੀ ਹੋ ਗਿਆ? ਕਿ ਮੋਕਮ ਭਾਈ ਮੋਕਮ ਸਿੰਘ ਜੀ ਕਿਵੇਂ ਬਾਹਰ ਆ ਸਕਦੇ ਨੇ ਜਦੋਂ ਕਿ 2 ਰਸਤੇ ਦਿੱਤੇ ਸੀਗੇ ਸੰਤਾਂ ਨੇ ਪਰਖਿਆ ਸੀਗਾ? ਇਹ ਵੱਡਾ ਸਵਾਲ ਇਸ ਕਰਕੇ ਬਣਦਾ ਹੈ। ਦੇਖੋ ਮੈਡਮ ਜੀ, ਕੱਲਾ ਮੋਕਮ ਸਿੰਘ ਨਹੀਂ ਆਇਆ ਜੀ ਜੀ, ਉੱਥੇ ਲੜਨ ਵਾਲਿਆਂ ਵਿੱਚੋਂ ਘੱਟੋ ਘੱਟ ਅੱਧਾ ਬੰਦੇ ਜਾਣ ਸਨ ਜਾਂ ਤੀਜਾ ਹਿੱਸਾ ਬਾਹਰ ਆਏ ਆ। ਬਿਲਕੁਲ 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 ਜੀ, ਹਾਂਜੀ, ਉੱਥੋਂ ਉਹ ਵੀ ਬੰਦੇ ਸਨ ਜਿਹੜੇ ਫੜੇ ਗਏ ਤੇ ਜੋਧਪੁਰ ਰਹਿ ਕੇ ਆਏ ਆ ਜੀ। ਉਹ ਕੁਛ ਸ਼ਹਾਦਤਾਂ ਦੇਣ ਲਈ ਨੀ, ਉਹ ਕੁਛ ਟੋੜੇ ਦੇ ਕੋਲ ਤੇ ਬਾਦਲ ਦੇ ਲਾਗੇ ਬੈਠੇ, ਉੱਥੇ ਜਾ ਕੇ ਉਹਨਾਂ ਨੇ ਗ੍ਰਿਫਤਾਰੀਆਂ ਹੋਈਆਂ ਨੇ, ਫੈਡਰੇਸ਼ਨ ਵਾਲਿਆਂ ਦੀ ਵੀ ਗ੍ਰਿਫਤਾਰੀਆਂ ਹੋਈਆਂ, ਦੂਜਿਆਂ ਦੀਆਂ ਵੀ ਹੋਈਆਂ ਨੇ। ਕਿ ਕੋਈ ਕਹਿ ਦੂਗਾ ਵੀ ਜਨਰਲ ਲਾਭ ਸਿੰਘ 84 ਉੱਥੇ ਕਿਉਂ ਨਾ ਸ਼ਹੀਦ ਹੋਇਆ, ਇਹ ਕੋਈ ਗੱਲ ਥੋੜੀ ਹੈ ਜੀ। ਤੁਸੀਂ ਕਹੋਗੇ ਉੱਥੇ ਹਰਮਿੰਦਰ ਸੰਧੂ, ਭਾਈ ਮਨਜੀਤ ਸਿੰਘ ਸ਼ਹੀਦ ਹੋਇਆ। ਨਹੀਂ ਨਹੀਂ, ਅਸੀਂ ਤੁਹਾਡਾ ਕੱਲਿਆਂ ਦਾ ਨਾਮ ਨਹੀਂ ਲੈ ਰਹੇ ਜੀ। ਤੁਸੀਂ ਮੇਰੀ 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 ਗੱਲ, ਹਾਲਾਤ ਕੀ ਸਨ ਪਹਿਲਾਂ ਤਾਂ ਤੁਸੀਂ ਦਰਬਾਰ ਸਾਹਿਬ ਦੀ ਲੜਾਈ ਦੇ ਹਾਲਾਤ ਦੇਖੋ, ਹਾਲਾਤ ਕੀ ਨੇ। ਜਿੰਨਾ ਚਿਰ ਤੁਸੀਂ ਦਰਬਾਰ ਸਾਹਿਬ ਦੀ ਲੜਾਈ ਦੇ ਹਾਲਾਤ ਨਹੀਂ ਦੇਖੋਗੇ, ਤੁਹਾਨੂੰ ਕੁਛ ਨਹੀਂ ਪਤਾ ਲੱਗੇ। ਮੈਂ ਤਾਂ ਕੱਲ ਤੱਕ ਤਾਂ ਹੀ ਨਹੀਂ ਸੀ ਉਦੋਂ ਜੀ, ਮੈਂ ਅੱਜ ਜਿਉਂਦੇ ਜਾਗਦੇ 50 ਬੰਦੇ ਤੁਹਾਨੂੰ ਮਿਲਣਗੇ, ਕੋਈ ਇੱਕ ਬੰਦਾ ਕਹਿ ਦੇ ਵੀ ਅਕਾਲ ਤਖ਼ਤ ਸੀ, ਮੈਂ ਸਜ਼ਾ ਲੈ ਲਾਂਗਾ। ਮੈਂ ਤਾਂ ਅਕਾਲ ਤਖ਼ਤ ਤਾਂ ਹੈ ਨਹੀਂ। ਤੁਸੀਂ ਤੁਸੀਂ ਕਿਸ ਮੈਂ ਤਾਂ ਕਿਸ ਮੈਂ ਮੈਂ ਬੁੰਗੇ ਵਾਲੇ ਵਿੱਚ ਸੀ ਜੇ ਦਲਬੀਰ ਸਰਾਂ ਕੋਲ। ਦਲਬੀਰ ਸਰਾਂ ਨੇ ਸਾਨੂੰ ਜਿੱਥੇ ਭੇਜਿਆ ਉਹ ਭੇਜਿਆ, ਪੱਪੂ ਦਾ ਚਬਾਰਾ ਵੱਜਦਾ ਸੀ ਉੱਥੇ ਆਪਣੇ ਬਾਬਾ ਦੀਪ ਸਿੰਘ ਗੁਰਦੁਆਰੇ, ਉੱਥੇ ਚਬਾਰੇ ਵਾਲੇ ਮੋਰਚੇ 'ਚ। ਉੱਥੇ ਅਸੀਂ ਤਾਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਕੋਈ ਜੰਗੀ ਜਰਨੈਲ ਨਹੀਂ ਸੀ, ਅਸੀਂ ਲੜਨ ਵਾਲੇ, ਅਸੀਂ ਤਾਂ ਪ੍ਰਚਾਰ ਵਾਲੇ ਸਾਂ, ਅਸੀਂ ਤਾਂ ਬੋਲ ਸ਼ਕਲ ਹੀ ਭਰ ਸਕਦੇ ਸਾਂ, ਤਾਂ ਅਸੀਂ ਤਾਂ ਲੜਨ ਵਾਲੇ 'ਚ ਹੈ ਹੀ ਨਹੀਂ ਸੀ ਜੀ। ਅਸੀਂ ਮਤਲਬ ਕਲੀਅਰ ਆ, ਅਸੀਂ ਕਦੇ ਕਹੇ ਨੀ ਗਾਵਾ ਕੀਤਾ ਬਈ ਬੜੀ ਗੋਲੀ ਚਲਾਈ ਤੇ ਬੜੇ ਬੰਦੇ ਮਾਰੇ। ਨਹੀਂ ਨਹੀਂ ਮੈਂ ਤਾਂ ਘੱਟੋ ਘੱਟ ਗੋਲੀ ਨਹੀਂ ਚਲਾਈ ਉੱਥੇ ਕੋਈ। ਜੀ ਜੀ ਜੀ, ਕਲੀਅਰ ਆ, ਮੈਂ ਕਲੀਅਰ ਆ, ਬਿਲਕੁਲ ਮੈਂ ਨਹੀਂ ਗੋਲੀ ਚਲਾਈ, ਮੈਂ ਇੱਕ ਵੀ ਨਹੀਂ ਚਲਾਈ ਜੀ। ਕੋਈ ਅੱਜ ਤੱਕ ਕਹੇ ਤੇ ਮੈਂ ਦਾਵਾ ਕੀਤਾ ਹੋਵੇ ਜੀ ਜੀ। ਭਾਈ ਸਾਹਿਬ, ਸੰਤਾਂ ਦੇ ਨਾਲ ਤੁਹਾਡੀ ਆਖਰੀ ਗੱਲਬਾਤ ਕੀ ਸੀ? ਜਿਹੜੀ ਗੱਲਬਾਤ ਤੁਹਾਡੀ ਆਖਰੀ ਉਹਨਾਂ ਦੇ ਨਾਲ ਹੋਈ, ਉਸ ਤੋਂ ਬਾਅਦ ਚ ਸੰਤ ਜਿਹੜੇ ਨੇ ਉਹ ਨਹੀਂ ਰਹੇ, ਤਾਂ ਆਖਰੀ ਗੱਲਬਾਤ ਕੀ ਸੀ ਤੇ ਉਹਨਾਂ ਨੇ ਤੁਹਾਡੇ ਨਾਲ ਕੋਈ ਰਣਨੀਤੀ ਕੋਈ ਸਾਂਝੀ ਕੀਤੀ ਹੋਏ, ਜਾਂ ਤੁਸੀਂ ਉਹਨਾਂ ਨੂੰ ਕੋਈ ਸਲਾਹ ਮਸ਼ਵਰਾ ਦਿੱਤਾ ਹੋਏ? ਉਹ ਆਖਰੀ ਗੱਲਬਾਤ ਮੈਂ ਜਾਣਨਾ ਚਾਹੁੰਦੀ ਹਾਂ। ਦੇਖੋ ਮੈਡਮ ਜੀ, ਮੈਂ ਅੱਜ ਕੋਈ ਗੱਲ ਕਹਿ ਦੇਣਾ ਤੇ ਚੰਗੀ ਨਹੀਂ ਲੱਗੂਗੀ, ਪਰ ਮੈਂ ਤੁਹਾਨੂੰ ਸੱਚਾਈ ਇਹ ਹੈ ਕਿ ਸੰਤਾਂ ਨੇ ਮੈਨੂੰ ਇੱਕ ਰੁੱਕਾ ਲਿਖ ਕੇ ਦਿੱਤਾ ਸੀ ਜੀ। ਉਹ ਰੁੱਕਾ ਮੈਂ ਬਾਬਾ ਠਾਕਰ ਸਿੰਘ ਤੱਕ ਪਹੁੰਚਾਉਣਾ ਸੀ ਤੇ ਮੈਂ ਉਹ ਪਹੁੰਚਾਤਾ ਜੀ। ਪਰ ਬਾਬਾ ਜੀ ਨੇ ਅੱਗੋਂ, ਬਾਬਾ ਠਾਕਰ ਸਿੰਘ ਜੀ ਜੀ, ਬਾਬਾ ਜੀ ਨੇ ਉਹ ਗੱਲ ਨਹੀਂ ਮੰਨੀ ਜੀ। ਮੈਂ ਸਮਝਦਾ ਵੀ ਉਹ ਬਾਬਾ ਜੀ ਨੇ ਨਹੀਂ ਨਹੀਂ ਹੈਗੀ ਗੱਲ, ਉਹ ਸ਼ਹਾਦਤ ਦਾ ਹੋ ਸਕਦਾ ਵੀ ਮੈਂ ਬਾਬਾ ਜੀ, ਸੰਤਾਂ ਨੇ ਇਹ ਸ਼ਬਦ ਵੀ ਜ਼ਬਾਨੀ ਕਹੇ ਸੀ ਕਿ ਬਾਬਾ ਜੀ ਨੂੰ ਕਹਿ ਦੋਗੇ ਵੀ ਮੇਰਾ ਸੁਭਾਅ ਇਹੋ ਜਿਹਾ, ਤੁਸੀਂ ਮੈਨੂੰ ਸੇਵਾ ਦਿੱਤੀ ਸੀ ਜੀ, ਤੇ ਜੇ ਕੋਈ ਮੇਰੇ ਤੋਂ ਗਲਤੀ ਹੋ ਗਈ ਤੇ ਮੈਨੂੰ ਮਾਫ਼ੀ ਦੇ ਦਿਓ, ਇਹ ਵੀ ਸ਼ਬਦ ਸੀ। ਪਰ ਮੈਂ ਇਹ ਗੱਲ ਕਈ ਕਦੇ ਨਹੀਂ, ਪਰ ਤੁਸੀਂ ਵਾਰ ਵਾਰ ਪੁੱਛ ਰਹੇ ਜੀ, ਮੈਂ ਕਹਿ ਰਿਹਾ ਤੁਹਾਨੂੰ ਜੀ ਜੀ। ਤੇ ਤੁਹਾਨੂੰ ਉਸ ਰੁਕੇ ਦੇ ਵਿੱਚ ਸੁਨੇਹਾ ਸਰ, ਬਾਬਾ ਜੀ ਨੇ ਮੈਨੂੰ ਇਹ ਕਿਹਾ ਵੀ ਮੈਂ ਤਾਦੇ, ਬਾਬਾ ਜੀ ਵੀ ਅੰਡਰਗਰਾਊਂਡ ਰਹੇ ਵੀ ਨਾਲ ਰਹਿਣਾ ਪਊਗਾ, ਮੈਂ ਕਿਹਾ ਜੀ ਤੁਹਾਡੀ ਜ਼ਿੰਦਗੀ ਤੱਕ ਮੈਂ ਇੱਥੇ ਰਵਾਂਗਾ, ਮੈਂ ਤੇ ਉਦੋਂ ਬਾਅਦ ਮੇਰੀ ਕੋਈ ਜ਼ਿੰਮੇਵਾਰੀ ਨਹੀਂ, ਔਰ ਮੈਂ ਬਾਬਾ ਠਾਕਰ ਸਿੰਘ ਦੇ ਕਾਲ ਚਲਾਉਣੇ ਤੇ ਦੁਸਹਿਰੇ ਤੱਕ ਉੱਥੇ ਪੱਕਾ ਰਿਹਾ, ਉਦੋਂ 1 ਸਾਲ ਤੋਂ ਬਾਅਦ ਮੈਂ ਆਪਦੇ ਘਰੇ ਆ ਗਿਆ ਜੀ ਜੀ ਜੀ, ਬਿਲਕੁਲ ਬਿਲਕੁਲ ਜੀ। ਤਾਂ ਇਹ ਪਤਾ ਕਿ ਸੰਤਾਂ ਨੇ ਕੀ ਉਸ ਰੁਕੇ ਦੇ ਵਿੱਚ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਸੀ? ਕੁਛ ਨਹੀਂ, ਮੈਨੂੰ ਕੁਛ ਨਹੀਂ ਪਤਾ ਜੀ, ਮੈਂ ਨਹੀਂ ਪਤਾ ਤੁਹਾਨੂੰ ਕਿ ਜਨਰਲ ਸ਼ਬੇਦ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਅੰਦਰ ਮੋਰਚੇਬੰਦੀ ਕੀਤੀ ਸੀ। ਪਰ ਸਵਾਲ ਇਹ ਉੱਠਦਾ ਹੈ ਕਿ ਜੇ ਸ਼ਬੇਗ ਸਿੰਘ ਨਾ ਹੁੰਦੇ ਤੇ ਸੰਤਾਂ ਦੇ ਕੋਲ ਇਹੋ ਜਿਹੀ ਮੋਰਚਾਬੰਦੀ ਕਰਨ ਲਈ ਹੋਰ ਕੀ ਉਪਰਾਲਾ ਸੀਗਾ, ਕਿਉਂਕਿ ਇੰਨੀ ਵੱਡੀ ਫੌਜ ਦਾ ਸਾਹਮਣਾ ਕਰਨਾ ਸੀਗਾ? ਕੀ ਤੁਸੀਂ ਰਾਏ ਰੱਖਦੇ ਹੋ, ਕੀ ਤੁਹਾਨੂੰ ਜਾਣਕਾਰੀ ਹੈ? ਦੇਖੋ ਜੀ, ਜਨਰਲ ਸ਼ਬੇਗ ਸਿੰਘ ਕਿਉਂ ਨਾ ਹੁੰਦਾ, ਉਹ ਉਹਦੇ ਕਰਮਾਂ ਵਿੱਚ ਏਡੀ ਵੱਡੀ ਸ਼ਹਾਦਤ, ਏਡੀ ਵੱਡੀ ਉਹਦੀ ਕਮਾਈ ਮਗਰਲੇ ਜਨਮਾਂ ਦੀ ਸੀ,
ਕੋਈ ਉਹਨੂੰ ਮੌਕਾ ਮਿਲਣਾ ਸੀ, ਪਹਿਲੀ ਗੱਲ ਤਾਂ ਇਹ ਹੈ। ਰਹੀ ਜੀ ਗੱਲ ਜੀ ਇਹ ਤੁਹਾਡਾ ਜਵਾਬ ਹੈ ਉਹ ਜੇ ਨਾ ਹੁੰਦੇ, ਤੇ ਜੀ ਨਾ ਹੁੰਦੇ ਤੇ ਕੀ ਹੁੰਦਾ ਜਿਹੜੀ 6 ਦਿਨ ਮਤਲਬ ਇੰਨਾ ਲੰਬਾ ਦਿਨ, ਉਹ 4 ਘੰਟੇ ਲੜਾਈ ਪਹਿਲਾਂ ਸਮਾਪਤ ਹੋ ਜਾਂਦੀ, ਹੋਰ ਇੱਥੇ ਕੀ ਹੋਣਾ ਸੀ, ਤੁਸੀਂ ਸਮਝੋ ਨਾ, ਕਿਉਂਕਿ ਚਾਰ ਨਹੀਂ ਘੰਟੇ ਨਹੀਂ ਪਹਿਲਾਂ ਸਮਾਪਤ ਹੋ ਜਾਂਦੀ, ਹੋਰ ਕੀ ਹੁੰਦਾ, ਜੀ ਕੋਈ ਜੀ ਚਾਰ ਬੰਦੇ ਵੱਧ, ਇੱਕ ਮਿੰਟ ਦੇਖੋ ਵੀ ਹੋਰ ਦੱਸ ਵੀ 50 ਬੰਦੇ ਵੱਧ ਉੱਥੇ ਫੌਜ ਮਾਰ ਦਿੰਦੀ, ਹੋਰ ਕੀ ਕਰਦੀ, ਇਹੀ ਨਹੀਂ ਹੁੰਦਾ ਨਹੀਂ ਸੀ, ਹੋਰ ਕੀ ਹੋਣਾ। ਨਹੀਂ ਨਹੀਂ ਮੈਂ ਤਾਂ ਤੁਹਾਡੀ ਉਹ ਦੇਖੋ ਗੱਲ ਨੂੰ ਇਹ ਵੇਖੋ, ਇਹ ਗੱਲਾਂ ਜਿਹੜੀਆਂ ਹੁੰਦੀਆਂ, ਵਿਅਕਤੀ ਕੁਛ ਨਹੀਂ ਹੁੰਦੇ, ਇਹ ਜਿਹੜਾ ਹੁੰਦਾ ਉਸ ਪ੍ਰਮਾਤਮਾ ਦੇ ਵੱਸ ਹੈ। ਸੰਤ ਜਰਨੈਲ ਸਿੰਘ ਨੇ ਸ਼ਵੇਕ ਸਿੰਘ ਦੀ ਜਿਹੜੀ ਉਹਨਾਂ ਦੇ ਕੋਲ ਆਇਆ, ਜਨਰਲ ਸ਼ਵੇਕ ਸਿੰਘ ਦੇ ਗੁਣ ਜਿਹੜੇ ਨੇ ਉਹ ਇੰਨੇ ਜ਼ਿਆਦਾ ਸੀ ਦੱਸੇ ਨਹੀਂ ਜਾ ਸਕਦੇ। ਜੀ ਉਹ ਇੱਕ ਨਿਮਰਤਾ ਦਾ ਪੁੰਜ ਸੀ, ਇੱਕ ਅਫਸਰ ਹੋਣ ਦੇ ਬਾਵਜੂਦ ਉਹਨੇ ਕਦੇ ਅਹਿਸਾਸ ਹੀ ਨਹੀਂ ਕਰਾਇਆ ਵੀ ਮੈਂ ਸਿਪਾਹੀ ਵੀ ਰਿਹਾ ਫੌਜ 'ਚ, ਤੇ ਏਡਾ ਸਾਦਾ ਬੰਦਾ ਸੀ, ਜੀ ਉਹ ਸਾਦਾ ਬੰਦਾ ਸੀ, ਉੱਥੇ ਖੜ ਕੇ ਤਲੀ ਤੇ ਰੋਟੀ ਰੱਖ ਕੇ ਖਾ ਲੈਂਦਾ ਸੀ, ਤੁਰੇ ਜਾਂਦੇ ਪੱਗ ਬੰਨ ਲੈਂਦਾ ਸੀ, ਚੋਲਾ ਮਿਲ ਗਿਆ ਚੋਲਾ ਪਾ ਲਿਆ, ਜੇ ਪਜਾਮਾ ਮਿਲ ਗਿਆ ਪਜਾਮਾ ਪਾ ਲਿਆ, ਉਹਨੂੰ ਤਾਂ ਕੋਈ ਹੈ ਹੀ ਨਹੀਂ ਸੀ ਇਹੋ ਜਿਹਾ ਕੋਈ। ਉਹ ਤਾਂ ਜੀ ਬੜਾ ਇੱਕ ਇੱਕ ਮਤਲਬ ਕਿ ਐਸੀ ਸ਼ਖਸੀਅਤ ਸੀ, ਨਿਕਣਾ ਤੀਸੀ ਸ਼ਖਸੀਅਤ, ਉਹ ਹੱਸਦਾ ਸੀ ਨਿੱਕਾ ਨਿੱਕਾ, ਨਾਲ ਦੀ ਨਾਲ ਗੱਲ ਬੜੀ ਪਾਏਦਾਰ ਕਰਦਾ ਸੀ, ਕੀਮਤੀ ਗੱਲ ਕਰਦਾ ਸੀ, ਇਹਨਾਂ ਦੇ ਗੁਣ ਹੀ ਇੰਨੇ ਜ਼ਿਆਦਾ ਸੀ। ਰਹੀ ਗੱਲ ਜੀ ਰੱਬ ਨੇ ਉਹ ਸੇਵਾ ਦੇ ਕਰਮਾਂ ਲਿਖੀ ਸੀ ਉਹਨੇ ਕੀਤੀ ਹੈ, ਔਰ ਉਹ ਸਿੱਖ ਕੌਮ ਦੇ ਅੱਖਾਂ ਦਾ ਤਾਰਾ ਹੈ, ਉਹ ਸਾਰੀ ਜਦ ਤੱਕ ਸੰਸਾਰ ਰਹੇਗਾ ਸੰਤ ਜਰਨੈਲ ਸਿੰਘ ਦਾ ਨਾਮ ਰਹੇਗਾ, ਸ਼ਵੇਕ ਸਿੰਘ ਦਾ ਨਾਮ ਨਾਲ ਰਹਿਣਾ ਰਹਿਣਾ, ਉਹਨੂੰ ਕੋਈ ਪਾਸੇ ਨਹੀਂ ਕਰ ਸਕਦਾ। ਜੀ ਜੀ ਇੱਥੇ ਕਈ ਬਿਲਕੁਲ ਅਫਸਰ ਉਹਦੇ ਵੱਡੇ ਅਫਸਰ ਰਿਟਾਇਰ ਹੋ ਕੇ ਆਏ ਆ, ਬੜੇ ਬੜੇ ਅਮੀਰ ਹੋਣਗੇ, ਬੜੇ ਉਹਨਾਂ ਦੇ ਗਾਂਹ ਬੱਚੇ ਵੀ ਬੜੇ ਬੜੇ ਅਫਸਰ ਹੋਣਗੇ, ਉਹ ਤੁਰ ਜਾਂਦੇ ਆ, ਉਹਨਾਂ ਨੂੰ ਕੋਈ ਦੂਜੇ ਦਿਨ ਨਾਂ ਨਹੀਂ ਲੈਂਦਾ ਵੀ ਇਹ ਕੌਣ ਨੇ ਤੇ ਕੌਣ ਨਹੀਂ ਹੈਗੇ। ਸ਼ਵੇਕ ਸਿੰਘ ਤਾਂ ਜੀ ਇੱਕ ਸਿੱਖਾਂ ਦੀ ਕੀਮਤੀ ਸਰਮਾਇਆ ਬਣ ਗਿਆ ਉਹ ਤਾਂ। ਸੰਤ ਅਕਾਲ ਤਖਤ ਦੇ ਵਿੱਚ ਜਿਹੜਾ ਮੁਕਾਬਲਾ ਹੋਇਆ ਫੌਜਾਂ ਦੇ ਨਾਲ ਬਾਹਰੋਂ, ਉਹ ਸੰਤਾਂ ਦਾ ਅਕਾਲ ਤਖਤ ਦੇ ਵਿੱਚ ਨਹੀਂ ਹੋਇਆ, ਅਕਾਲ ਤਖਤ ਦੀ ਨਾਲ ਦੀ ਬਿਲਡਿੰਗ ਵਿੱਚ ਹੋਇਆ। ਅੱਜ ਤੱਕ ਤਾਂ ਸਾਡੇ ਸਿੱਖ ਪੱਤਰਕਾਰੀ ਨੇ ਸੰਸਾਰ ਨੂੰ ਇਹ ਹੀ ਨਹੀਂ ਦੱਸਿਆ, ਅਸੀਂ ਪਿੱਟ ਪਿੱਟ ਮਰ ਗਏ ਹਾਂ, ਉਹ ਅਕਾਲ ਤਖਤ ਤੇ ਰਹਿਸ਼ ਨਹੀਂ ਸੀ ਹੁੰਦੀ, ਜੀ ਅਕਾਲ ਤਖਤ ਦੇ ਨਾਲ ਦੀ ਬਿਲਡਿੰਗ ਤੇ ਹੁੰਦੀ ਰਹਿਸ਼ ਸੀ, ਨਾਲ ਬਿਲਕੁਲ ਜੁੜੀ ਹੋਈ ਬਿਲਡਿੰਗ ਸੀ ਉਹ। ਜੀ ਸਾਰਾ ਹਿੰਦੁਸਤਾਨ ਦਾ ਮੀਡੀਆ ਝੂਠ ਬੋਲੀ ਜਾਂਦਾ ਵੀ ਅਕਾਲ ਤਖਤ ਤੇ ਬੈਠਾ ਸੀ, ਅਕਾਲੀ ਵੀ ਬੋਲੀ ਜਾਂਦੇ, ਸਾਡੇ ਵੀ ਬੋਲੀ ਜਾਂਦੇ ਆ। ਨਹੀਂ ਮੈਡਮ ਜੀ, ਜਿਹੜੀ ਉਹਨਾਂ ਦੀ ਰਹਿਸ਼ ਸੀ ਨਾ, ਇਹ ਅੱਛਾ ਅੱਛਾ ਕਹਿੰਦੇ ਨੇ ਜੀ ਵੀ ਅਕਾਲ ਤਖਤ ਤੇ ਉਹਨੇ ਰਹਿਸ਼ ਰੱਖ ਲਈ, ਅਕਾਲ ਬਿਲਕੁਲ ਤਖਤ ਰਹਿਸ਼ ਰਹਿ ਹੀ ਨਹੀਂ ਸਕਦੀ, ਜੀ ਉੱਥੇ ਕੋਈ ਲੈਟਰਿਨ ਬਾਥਰੂਮ ਥੋੜੇ ਬਣੇ ਹੋਏ ਨੇ, ਉੱਥੇ ਬਿਲਕੁਲ ਬਿਲਕੁਲ ਰਸੋਈਆਂ ਥੋੜੀਆਂ ਬਣੀਆਂ, ਉੱਥੇ ਕੋਈ ਮੰਜੇ ਥੋੜੇ ਲੱਗੇ ਆ, ਜਾਂ ਕੋਈ ਬਿਸਤਰੇ ਥੋੜੇ ਵਿਛੇ ਆ ਉੱਥੇ, ਜੀ ਉੱਥੇ ਤਾਂ ਸੰਗਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੱਥਾ ਟੇਕਣ ਜਾਂਦੀ ਹੈ, ਉੱਥੇ ਜੀ ਅੰਮ੍ਰਿਤ ਸੰਚਾਰ ਹੁੰਦਾ, ਜੀ ਉਹਦੇ ਨਾਲ ਇੱਕ ਬਿਲਡਿੰਗ ਸੀ ਜਿਹਦੇ ਉੱਤੇ ਹਵਨ ਕੁੰਡ ਵੀ ਸੰਤ ਫਤਿਹ ਸੋਹਾ ਬਣਿਆ ਸੀ, ਤੇ ਉਹ ਦੂਜੇ ਜਿਹੜੇ ਉਸ ਸਮੇਂ ਤਲਵੰਡੀ ਜਾਂ ਉਹ 5-4 ਲੀਡਰ ਹੋਰ ਸੀ ਔਰੰਗਜ਼ੇਬ ਵਗੈਰਾ ਜਿਹਨਾਂ ਨੇ ਇਹਨਾਂ ਬਣਾਏ ਸੀ, ਹੁਣ ਉਹ 5 ਹਵਨ ਕੁੰਡ ਬਣੇ ਹੁੰਦੇ ਸੀ, ਉਹ ਪੁਜਾਰੀਆਂ ਦੀ ਰਹਿਸ਼ ਸੀ, ਉੱਥੇ ਸਾਧੂ ਸਿੰਘ ਭੋਰੇ ਦੀ ਵੀ ਰਹਿਸ਼ ਰਹੀ ਹੈ, ਉਦੋਂ ਪਹਿਲਾਂ ਅਕਾਲੀ ਮੋਰਚਿਆਂ ਵਾਲੇ ਡਿਕਟੇਟਰ ਜਿਹੜੇ ਹੁੰਦੇ ਸੀ ਉਹ ਵੀ ਉਹਦੇ 'ਚ ਰਹਿਸ਼ ਰੱਖਦੇ ਹੁੰਦੇ ਸੀ, ਜੀ ਉਹ ਰਹਿਸ਼ ਵਿੱਚ ਉਸੇ ਰਹਿਸ਼ ਹੀ ਸਨ ਜਰਨੈਲ ਸਿੰਘ ਦੀ ਰਹਿਸ਼ ਸੀ। ਜੀ ਬਿਲਕੁਲ ਅਸੀਂ ਬਿਲਕੁਲ ਅੱਜ ਕੱਲ੍ਹ ਝੂਠ ਬੋਲ ਬੋਲ ਕੇ ਕਹੀ ਗਏ ਵੀ ਅਕਾਲ ਤਖ਼ਤ ਸਾਹਿਬ ਰਹਿਸ਼ ਸੀ, ਅਕਾਲ ਤਖ਼ਤ ਰਹਿਸ਼ ਰਹਿ ਹੀ ਨਹੀਂ ਸਕਦੀ, ਇਹ ਤਾਂ ਪਹਿਲਾਂ ਸੱਚ ਹੀ ਨਹੀਂ ਅਸੀਂ ਲੋਕਾਂ ਨੂੰ ਦੱਸ ਰਹੇ। ਅਕਾਲ ਤਖ਼ਤ ਸਾਹਿਬ ਮੋਰਚਾ ਜ਼ਰੂਰ ਬਣਾਇਆ ਗਿਆ ਸੀ, ਮੋਰਚੇ ਤਾਂ ਜੀ ਸਾਰੇ ਕੰਪਲੈਕਸ 'ਚ ਬਣੇ ਹੋਏ ਸਨ, ਅਕਾਲ ਤਖ਼ਤ ਸਾਹਿਬ ਕੀ ਮੋਰਚਾ ਬਣਾਉਣਾ ਜੀ ਦੱਸੋ ਤੁਸੀਂ, ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਗਤ ਮੱਥਾ ਟੇਕਣ ਜਾਂਦੀ ਸੀ, ਜੀ ਦੱਸਣ ਵੀ ਕਿਹੜੀ ਜਗ੍ਹਾ ਦੇ ਉੱਤੇ ਉੱਥੇ ਇੱਟਾਂ ਲੱਗੀਆਂ ਸੀ ਬੋਰੀਆਂ ਲੱਗੀਆਂ, ਨਹੀਂ ਨਹੀਂ ਉਹਨਾਂ ਸਮਿਆਂ ਦੇ ਵਿੱਚ ਜਦੋਂ ਫੌਜ ਨੇ ਘੇਰਾ ਪਾ ਲਿਆ ਸੀ ਮੈਂ ਤਾਂ ਉਹ ਉਦੋਂ ਵੀ ਫੌਜ ਨੇ ਘੇਰਾ ਜਿੱਦਣ ਪਾਇਆ ਉਦੋਂ ਦਿਨ ਦੀ ਛੱਡ ਦਿਓ ਤੁਸੀਂ ਗੱਲ, ਉਦੋਂ ਤਾਂ ਜੈਜ ਹੈ, ਜਦ ਲੜਾਈ ਆਰੰਭ ਹੋ ਗਈ ਤਾਂ ਜੈਜ ਹੈ ਸਭ ਕੁਛ, ਜੀ ਜਦੋਂ ਗੋਲੀ ਚੱਲਣ ਲੱਗ ਗਈ ਉਹ ਤਾਂ ਜੈਜ ਹੈ ਨਾ ਲੜਾਈ, ਉਹ ਜਿੱਦਾਂ ਵੀ ਲੜਨੀ ਹੈ ਤੁਸੀਂ, ਉਹ ਅਲੱਗ ਚੀਜ਼ ਹੈ ਉਹਨੂੰ ਨਾ ਕਹੋ। ਉਸ ਤੋਂ ਪਹਿਲਾਂ ਸੰਗਤ ਪੱਤਰਕਾਰ ਉੱਥੇ ਆਉਂਦੇ ਸੀ ਦਿਹਾੜੀ ਵਿੱਚ, ਮਤਲਬ ਪੱਤਰਕਾਰ ਟੋਲੀਆਂ ਦੀਆਂ ਟੋਲੀਆਂ ਆਉਂਦੀਆਂ ਸੀ ਉੱਥੇ, ਜੀ ਅਕਾਲ ਤਖ਼ਤ ਸਾਹਿਬ ਤੱਕ ਅੱਜ ਤੱਕ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਬੋਰੀਆਂ ਲੱਗੀਆਂ ਜਾਂ ਇੱਟਾਂ ਲੱਗੀਆਂ ਜਾਂ ਉੱਪਰਲੇ ਛੱਤ ਲੱਗੀਆਂ ਦੀ ਫੋਟੋ ਇੱਕ ਵੀ ਵਿਖਾ ਦੇਣ ਕਿੱਥੇ ਆ, ਜੀ 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 ਬਿਲਕੁਲ ਬਿਲਕੁਲ ਜਾਓ ਰਿਕਾਰਡ ਲਿਓ, ਹੈ ਨਹੀਂ ਜੀ ਝੂਠ ਦਾ ਸਹਾਰਾ ਦੇਸ਼ ਨੇ ਲਿਆ ਸੰਤ ਜਰਨੈਲ ਸਿੰਘ ਨੂੰ ਭੰਡਣ ਵਾਸਤੇ, ਜੀ ਪਰ ਉਹ ਸੂਰਮਾ ਭੰਡਿਆ ਨਹੀਂ ਜਾ ਸਕਦਾ, ਉਹ ਸੂਰਮਾ ਸਿੱਖ ਜਗਤ ਦੇ ਗਗਨ ਦੇ ਉੱਤੇ ਸੂਰਜ ਦੀ ਤਰ੍ਹਾਂ ਚਮਕਦਾ ਰਹੇਗਾ। ਤੁਸੀਂ ਵੀ ਪਿਛਲੇ ਕਿੰਨੇ ਹੀ ਸਾਲਾਂ ਤੋਂ 26-27 ਸਾਲਾਂ ਵਿੱਚ ਪੰਥ ਲਈ ਜਿਹੜੀ ਕੋਈ ਕਾਰਗੁਜ਼ਾਰੀ ਹੈ ਉਹ ਕੀ ਦਿਖਾਈ ਹੈ, ਯਾਨੀ ਕਿ ਕੋਈ ਖਾਸ ਕਾਰਗੁਜ਼ਾਰੀ ਜਿਹੜੀ ਆ ਉਹ ਨਹੀਂ ਦਿਖਾ ਸਕੇ ਪਿਛਲੇ ਕੁਝ ਸਾਲਾਂ ਦੇ ਵਿੱਚ, ਨਾਲ ਉਹਦਾ ਮੈਂ ਕਾਰਨ ਇੱਕ ਤਾਂ ਜਾਣਨਾ ਚਾਹੁੰਦੀ ਹਾਂ, ਇੱਕ ਜਿਹੜੇ ਨਾਮ ਬੜੇ ਆਏ ਸਰਬੱਤ ਖਾਲਸਾ ਹੋ ਗਏ, SGPC ਚੋਣਾਂ ਹੋ ਗਈਆਂ, ਪੰਥਕ ਫਰੰਟ ਹੋ ਗਏ, ਇਹ ਸਾਰੇ ਸਰਸੇ ਵਾਲੇ ਹੋ ਗਏ, ਸਾਰੇ ਫੇਲ ਹੋ ਗਏ, ਪਰ ਤੁਹਾਡੇ ਤੋਂ ਤਾਂ ਸਾਨੂੰ ਬੜੀ ਉਮੀਦ ਸੀ, ਪਿਛਲੇ ਕਈ ਸਾਲਾਂ ਤੋਂ ਤੁਹਾਡੀ ਕਾਰਗੁਜ਼ਾਰੀ ਜਿਹੜੀ ਹੈ ਉਹ ਕਿਉਂ ਨਹੀਂ ਇੰਨੀ ਦਿਖ ਰਹੀ ਹੈਗੀ, ਉਹਦਾ ਕਾਰਨ ਕੀ ਹੈ? ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਮੈਂ ਘਰ ਬੈਠਾ ਜੀ, ਤੇ ਮੇਰਾ
ਦੌੜਨਾ ਭੱਜਣਾ ਉਨਾ ਸੁਖਾਲਾ ਨੀਗਾ ਜਿੰਨਾ ਕਿ ਹੋਣਾ ਚਾਹੀਦਾ। ਜੀ ਜੀ ਅਸੀਂ ਘਰਾਂ ਤੋਂ ਕੋਈ ਬਹੁਤ ਵੱਡੇ ਨਹੀਂ, ਸਧਾਰਨ ਵਿਅਕਤੀ। ਇੱਕ ਜੀ ਜੀ ਜਥੇਬੰਦੀ ਵਿੱਚ ਮੈਂ ਰਹਿ ਕੇ ਕੰਮ ਕੀਤਾ ਸੀ ਤੇ ਜਥੇਬੰਦੀ ਚ ਅਸੀਂ ਆਗੂ ਹੋਰ ਚੁਣ ਲਿਆ, ਜੀ ਉਹ ਉਹਨਾਂ ਉਹ ਪਾਸੇ ਖੜੇ ਹੋਏ ਆ, ਉਹ ਤੁਹਾਨੂੰ ਪਤਾ ਹੀ। ਜੀ ਬਿਲਕੁਲ ਵਿਅਕਤੀ ਤੌਰ ਤੇ ਬੰਦਾ ਜਿੰਨਾ ਕੋਈ ਲੜ ਸਕਦਾ ਹੁੰਦਾ ਮੈਂ ਓਨਾ ਹੀ ਲੜ ਸਕਦਾ। ਜੀ ਮੈਂ ਕਦੇ ਦਾਅਵਾ ਨਹੀਂ ਕੀਤਾ ਮੈਂ ਕੌਮ ਸਾਰੀ ਦੀ ਲੜਾਈ ਲੜ ਸਕਦਾ। ਦੂਜੀ ਗੱਲ ਹੈ ਕਿ ਜਦੋਂ ਲੜਾਈ ਬਣਾ ਦੀ ਦੀ ਹੈ ਨਾ, ਜੀ ਲੜਾਈ ਦੇ ਵਿੱਚ ਲੀਡਰ ਕੋਈ ਨਹੀਂ ਹੁੰਦਾ, ਜੀ ਲੀਡਰ ਕਿਸੇ ਨੂੰ ਨਾ ਸਾਰਿਆਂ ਚ ਚੁਣ ਲਿਆ ਜਾਂਦਾ ਹੈ, ਇਹ ਤੂੰ ਯਾਰ ਲੀਡਰ ਹੈ। ਜਿਹਨੂੰ ਲੀਡਰ ਚੁਣ ਲਿਆ ਜਾਂਦਾ ਨਾ ਕਿਸੇ ਨੂੰ, ਉਹ ਜੀ ਫਿਰ ਸੋਚਦਾ ਹੈ ਕਿ ਮੈਨੂੰ ਲੀਡਰ ਚੁਣ ਲਿਆ ਤੇ ਮੈਂ ਹੁਣ ਕਿਸੇ ਨੂੰ ਪੁੱਛਣਾ ਹੀ ਨਹੀਂ ਗਾ ਵੀ ਮੈਂ ਕੀ ਕਰਨਾ, ਜੀ ਪਰ ਉਹਨੂੰ ਸਾਰੀ ਗੱਲ ਦੀ ਜਾਣਕਾਰੀ ਨਹੀਂ ਸੀ। ਜੀ ਇਹ ਇੱਕ ਸਮੱਸਿਆ ਹੈ, ਮੈਂ ਵੀ ਉਸਦਾ ਸ਼ਿਕਾਰ, ਜੀ ਦੂਜੇ ਵੀ ਉਸਦਾ ਸ਼ਿਕਾਰ। ਅਸੀਂ ਕਿੰਨੀ ਵਾਰੀ ਇਸ ਮੋਰਚੇ ਵਿੱਚ ਇਹੀ ਜਿਹੜਾ ਚਲਾਇਆ ਸੀ ਆਪਣੇ ਬਰਗਾੜੀ ਚ, ਅਸੀਂ ਧੂੜ ਝਟਾਤੀ ਸਾਰੇ ਅਕਾਲੀ ਕਾਂਗਰਸੀ ਸਰਕਾਰਾਂ ਸੈਂਟਰ ਪਾ ਸਾਰਾ ਨੱਪ ਗਏ, ਸਾਡਾ ਸਰਬੱਤ ਖਾਲਸੇ ਏਡਾ ਵੱਡਾ, ਹੁਣ ਏਡਾ ਵੱਡਾ ਕੱਖ ਹੋ ਗਿਆ। ਸਰਸੇ ਵਾਲੇ ਦੇ ਵਿਰੁੱਧ ਇੰਨੀ ਲੜਾਈ ਅਸੀਂ ਤਗੜੀ ਲੜੀ ਜਦੋਂ ਨੇ ਚੋਗਾ ਪਹਿਨਿਆ, ਉਦੋਂ ਪਹਿਲਾਂ ਕਿੰਨੀ ਲੜਾਈ ਲੜੀ ਹੈ, 84 ਤੋਂ ਬਾਅਦ ਕਿੰਨੀ ਲੜਾਈ ਲੜੀ ਹੈ। ਸੋ ਦੇਖੋ ਗੱਲ ਅਸਲ ਚ ਆ ਕਿ 99 ਇਲੈਕਸ਼ਨ ਦੀ ਗੱਲ ਕਰਦੇ ਹਾਂ, ਉੱਥੇ ਬਾਬਾ ਜਗਿੰਦਰ ਸਿੰਘ ਫੈਡਰੇਸ਼ਨ ਟਕਸਾਲ ਸ਼ਹੀਦ ਪਰਿਵਾਰ ਰਲ ਕੇ ਸਾਰਾ ਪੰਜਾਬ ਜਿੱਤ ਲਿਆ। ਹੁਣ ਜਦੋਂ ਜਿੱਤਣ ਤੋਂ ਬਾਅਦ ਕਿਸੇ ਨੂੰ ਅੱਗੇ ਲਾਈਦਾ, ਉਹ ਕਹਿੰਦਾ ਵੀ ਮੈਂ ਹੀ ਸਭ ਕੁਛ ਸੀ, ਤਦ ਦਿੱਤੇ ਗਏ ਦੂਜੇ ਪਿੱਛੇ ਹਟ ਜਾਂਦੇ ਆ। ਇੱਕ ਇੱਕ ਉਬਾਲ ਆਉਂਦਾ ਸਿੱਖੀ ਦੇ ਵਿੱਚ ਕੋਈ ਵੀ ਹਾਂ ਮਸਲੇ ਤੇ, ਇੱਕ ਉਬਾਲ ਉਬਾਲ ਆਉਂਦਾ, ਆਉਂਦਾ, ਪਰ ਉਹ ਉਬਾਲ ਨੂੰ ਫਿਰ ਸੰਭਾਲਣਾ ਹੁੰਦਾ, ਉਹ ਉਬਾਲ ਨੂੰ ਸੰਭਾਲਿਆ ਨਹੀਂ ਜਾ ਰਿਹਾ ਸਿੱਖ ਜਥੇਬੰਦੀਆਂ ਤੋਂ, ਉਹ ਸੰਭਾਲਿਆ ਨਹੀਂ ਜਾ ਰਿਹਾ। ਆਹੇ ਆ, ਮੈਂ ਵੀ ਉਹਨਾਂ ਦੇ ਸ਼ਿਕਾਰ ਹਾਂ, ਬਾਕੀ ਵੀ ਲੀਡਰ ਉਹਨਾਂ ਦੇ ਸ਼ਿਕਾਰ ਨੇ ਇਸ ਚੀਜ਼ ਦੇ। ਉਹ ਸੰਭਾਲਿਆ ਨਹੀਂ ਜਾਂਦਾ ਕਿ ਉਹ ਬੰਦਾ ਜਿਹੜਾ ਮੁੜ ਕੇ ਸੋਚਦਾ, ਇੱਕੋ ਹੀ ਬੰਦਾ ਸੋਚਦਾ ਵੀ ਮੈਂ ਹੀ ਹੁਣ ਸਭ ਕੁਝ ਕਰਨਾ। ਜੀ ਦਰਅਸਲ ਇਹ ਹੈ ਨਹੀਂ, ਦੇਖੋ ਬਾਬਾ ਬੰਦਾ ਸਿੰਘ ਬਹਾਦਰ ਨੂੰ 10ਵੇਂ ਪਾਤਸ਼ਾਹ ਨੇ ਲੀਡਰ ਬਣਾਇਆ ਤੇ ਤਦ ਕੌਮ ਦਾ ਲੀਡਰ ਸੀ ਉਹ। ਜੀ ਜੀ ਜੇ ਵੈਸੇ ਸਿੱਖਾਂ ਨੇ ਲੀਡਰ ਚੁਣਨਾ ਹੁੰਦਾ ਤੇ ਉੱਥੇ ਮੇਰਾ ਖਿਆਲ ਆਪ ਵੀ ਦੀ ਜਿਵੇਂ 12 ਮਿਸਲਾਂ ਬਾਅਦ ਚ ਹੋਈਆਂ, ਉਹ ਉੱਥੇ 24 ਮਿਸਲਾਂ ਉਦੋਂ ਹੀ ਬਣ ਜਾਂਦੀਆਂ। ਜੀ ਜੀ ਬਿਲਕੁਲ ਬਿਲਕੁਲ, ਇਹ ਜਿਹੜਾ ਹੁੰਦਾ ਨਾ ਉਹ ਇਕੱਠਿਆਂ ਹੋ ਕੇ, ਜਾਂ ਤਾਂ ਕੋਈ ਕੁੱਟ ਲਤਾੜ ਕੇ ਇੰਨਾ ਤਗੜਾ ਬਣ ਕੇ ਗਾਂਹ ਲੰਘ ਜਾਵੇ ਜਿਵੇਂ ਮਹਾਰਾਜਾ ਲੰਘਿਆ ਸੀ, ਜਾਂ ਮਤਲਬ ਕਿ ਸਾਰੇ ਇਕੱਠੇ ਹੋ ਕੇ ਕਿਸੇ ਨੂੰ ਬਣਾ ਲੈਣ, ਜੀ ਇਹ ਦੋ ਹੁੰਦੇ ਆ, ਤੇ ਜਾਂ ਕੋਈ ਥਾਪ ਦੇਵੇ ਕਿਸੇ ਨੂੰ ਜੀ, ਜਿਵੇਂ ਗੁਰੂ ਸਾਹਿਬਾਨ ਦੀ ਮੈਂ ਮਿਸਾਲ ਦਿੱਤੀ ਹੈ, ਜਾਂ ਸੰਤ ਕਰਤਾਰ ਸਿੰਘ ਤੋਂ ਬਾਅਦ ਜਰਨੈਲ ਸਿੰਘ ਨੂੰ ਥਾਪ ਦਿੱਤਾ ਗਿਆ ਸਾਡੀ ਜਥੇਬੰਦੀ ਦਾ, ਜੀ ਉਹਨੂੰ ਮੁੱਢ ਵਿੱਚ ਵਿਰਾਸਤ ਚ ਕੀ ਮਿਲਿਆ, ਟਕਸਾਲ ਮਿਲ ਗਈ, ਉਹਨੂੰ ਸਰਮਾਇਆ ਮਿਲ ਗਿਆ, ਉਹਨੂੰ ਡੇਰਾ ਮਿਲ ਗਿਆ, ਉਹਨੂੰ ਸੰਗਤ ਮਿਲ ਗਈ, ਉਹਨੂੰ ਮਤਲਬ ਪਿਛੋਕੜ ਜਿਹੜਾ ਇਤਿਹਾਸ ਸੀ ਉਹਦੇ ਕੋਲ ਉਹ ਮਿਲ ਗਿਆ, ਉਹਦੇ ਕਰਕੇ ਕਿੰਨੇ ਹੋਰ ਸੰਤ ਮਹਾਤਮਾ ਉਹਨਾਂ ਨਾਲ ਕਿਵੇਂ ਜੁੜ ਗਏ, ਉਹ ਇੱਕ ਤਾਕਤ ਐ ਬਿਲਡ ਹੁੰਦੀ ਹੈ। ਜੀ ਜੇ ਉਹ ਪਿੰਡ ਰੋਡੇ ਪਿੰਡ ਵੀ ਬਹਿ ਕੇ ਕਹਿੰਦਾ ਵੀ ਮੈਂ ਕੌਮ ਦਾ ਆਗੂ ਹਾਂ, ਤੇ ਮੇਰਾ ਖਿਆਲ ਉਹ ਰੋਡੇ ਵਾਲਾ ਪਿੰਡ ਵਾਲਾ ਜੇ ਬਾਬਾ ਜਰਨੈਲ ਸਿੰਘ ਹੋਰ ਹੋਣਾ ਸੀ, ਇਹ ਟਕਸਾਲ ਦੇ ਮੁਖੀ ਵਾਲਾ ਬਾਬਾ ਜਰਨੈਲ ਸਿੰਘ ਹੋਰ ਹੈ। ਜੀ ਬਿਲਕੁਲ, ਇਹ ਇੱਕ ਮੈਂ ਮਿਸਾਲ ਦੇ ਰਿਹਾ। ਸੋ ਇਸ ਕਰਕੇ ਇੱਕ ਮਾਹੌਲ ਹੁੰਦਾ ਜਿਹਨੂੰ ਪਿੱਛੇ ਬਹੁਤ ਕੁਝ ਪ੍ਰਾਪਤ ਚੀਜ਼ਾਂ ਚਾਹੀਦੀਆਂ ਨੇ, ਉਹ ਉਹ ਤਦ ਕਰਕੇ ਉਹ ਇੱਕ ਸਿਸਟਮ ਹੁੰਦਾ, ਉਹਦੇ ਕੋਲ ਸਿਸਟਮ ਹੋਣਾ ਚਾਹੀਦਾ। ਸਾਡੇ ਕਿਸੇ ਬੰਦੇ ਕੋਲ ਸਿਸਟਮ ਨਹੀਂ ਆਇਆ, ਘੱਟੋ ਘੱਟ ਮੇਰੇ ਕੋਲ ਤਾਂ ਕਦੇ ਸਿਸਟਮ ਨਹੀਂ ਆਇਆ। ਜੀ ਜੀ ਬਿਲਕੁਲ, ਚਲਦੇ ਚਲਦੇ ਪੁੱਛਾਂਗੀ ਕਿ ਸਾਨੂੰ 84 ਸਮੇਂ ਦਿੱਤੀਆਂ ਕੁਰਬਾਨੀਆਂ ਦਾ ਕੀ ਫਾਇਦਾ ਹੋਇਆ ਭਾਈ ਸਾਹਿਬ ਤੁਹਾਡੇ ਮੁਤਾਬਕ? ਦੇਖੋ ਸਭ ਤੋਂ ਵੱਡੀ ਗੱਲ ਸੰਤ ਜਰਨੈਲ ਸਿੰਘ ਦੀ ਲੜਾਈ ਤੋਂ ਬਾਅਦ ਜਿਹੜਾ ਸਿੱਖਾਂ ਨੇ ਬੈਨੀਫਿਟ ਲਿਆ ਹੈ, ਜਿਹੜਾ ਫਾਇਦਾ ਹੋਇਆ, ਜਿਹੜਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਜਿਹੜਾ ਇਹ ਕਹਿ ਰਹੇ ਸੀ ਕਿ ਬੋਧੀ ਜੈਨੀ ਸਿੱਖ ਫਲਾਣੇ ਫਲਾਣੇ ਇਹ ਸਾਰੇ ਜਿਹੜੇ ਨੇ ਹਿੱਸਾ ਹਿੰਦੂ ਕੌਮ 25 ਧਾਰਾ ਜਿਹਨੂੰ ਆਪਾਂ ਕਹਿੰਦੇ ਹਾਂ, ਜੀ ਅੱਜ ਦੁਨੀਆਂ ਚ ਕਿਤੇ ਚਲੇ ਜਾਓ, 25 ਧਾਰਾ ਦਾ ਕੋਈ ਮਹਿਣਾ ਹੀ ਨਹੀਂ ਰਹਿ ਗਿਆ ਕਿਤੇ ਨਾ। ਜੀ ਉਹ ਆਨੰਦ ਕਾਰਜ ਐਕਟ ਨੂੰ ਵੀ ਨਹੀਂ ਜੀ ਇਹ ਗਲਤ ਹੈ, ਮੈਨੂੰ ਰੱਦ ਕਰੋ, ਤੁਸੀਂ ਨਹੀਂ ਕਰਦੇ, ਬਾਹਰਲੇ ਦੇਸ਼ ਕਰ ਰਹੇ ਆ। ਅੱਛਾ, ਮੇਰਾ ਕਹਿਣ ਤੋਂ ਮੁਰਾਦ ਹੈ ਕਿ ਜਿੱਥੇ ਮਰਜ਼ੀ ਦੁਨੀਆਂ ਚਲ ਜਾਓ ਕਿ ਕਹਿੰਦੇ ਕੇਸਾਧਾਰੀ ਹਿੰਦੂ ਨੇ ਜਾਂ ਹਿੰਦੂਆਂ ਦਾ ਇੱਕ ਹਿੱਸਾ ਇਸ ਕਿਸਮ ਦਾ ਹੈ, ਉਹਨਾਂ ਦਾ ਏਦਾਂ ਦਾ ਲਿਬਾਸ, ਕਈ ਇਹੋ ਜਿਹੀ ਪ੍ਰੋਪੇਗੰਡਾ ਹੁੰਦੇ। ਹੁਣ ਲੋਕ ਕਹਿੰਦੇ ਨਹੀਂ ਜੀ ਨਹੀਂ ਇਹ ਵੱਖਰੇ ਆ, ਜੇ ਉਹਨਾਂ ਦੇ ਨਾਲ ਹੁੰਦੇ ਤੇ ਇਹਨਾਂ ਦੇ ਹਮਲਾ ਕਿਉਂ ਕਰਦੇ? ਜੀ ਜੀ ਬਿਲਕੁਲ ਬਿਲਕੁਲ, ਜਾਣੀ ਕਿ ਇੱਕ ਕੌਮ ਨੂੰ ਸੰਤ ਜਰਨੈਲ ਸਿੰਘ ਨੇ ਵੱਡੀ ਪ੍ਰਾਪਤੀ ਇੱਕ ਦਿੱਤੀ ਮੁੱਢੋਂ ਸੁੱਢੋਂ, ਜੀ ਮੁੱਢੋਂ ਮਤਲਬ ਕਿ ਉਹਨਾਂ ਨੇ ਵਖਰੇਵਾਂ ਜਿਹੜਾ ਸੀ ਪਬਲਿਕ ਸਾਹਮਣੇ ਆਧੁਨਿਕ ਯੁੱਗ ਵਿੱਚ ਮੀਡੀਏ ਦੇ ਯੁੱਗ ਵਿੱਚ ਮਤਲਬ ਸੰਸਾਰ ਦੇ ਜਦੋਂ ਮਤਲਬ ਕਿ ਇੱਕ ਮੁੱਠੀ 'ਚ ਸੰਸਾਰ ਹੈ ਉਦੋਂ ਸਭ ਕੁਛ ਸਾਹਮਣੇ ਰੱਖਤਾ, ਨਹੀਂ ਇਹ ਵੱਖਰੇ ਆ, ਅਸੀਂ ਵੱਖਰੇ ਹਾਂ, ਹਾਂ ਅਸੀਂ ਦੋ ਕੌਮਾਂ ਇੱਥੇ ਰਹਿ ਰਹੇ ਹਾਂ। ਜਿਵੇਂ ਇਸ ਦੇਸ਼ ਵਿੱਚ ਮੁਸਲਮਾਨ ਵੀ ਰਹਿੰਦੇ ਆ ਇੱਥੇ, ਆਪਣਾ ਈਸਾਈ ਵੀ ਰਹਿੰਦੇ ਆ ਇੱਥੇ, ਸਿੱਖ ਵੀ ਏਦਾਂ ਰਹਿੰਦੇ ਆ, ਹਿੰਦੂ ਵੀ ਰਹਿੰਦੇ, ਪਰ ਅਸੀਂ ਹਿੰਦੂ ਨਹੀਂ ਗੇ, ਇਹ ਦੇਸ਼ ਦੇ ਅਸੀਂ ਵਸਿੰਦੇ ਆ।
ਇਹ ਜਿਹੜੇ ਇਹ ਬਸ਼ਿੰਦੇ ਹੋਣਾ ਕੁਝ ਹੋਰ ਚੀਜ਼ ਹੈ। ਸਿੱਖ ਤਾਂ ਬਸ਼ਿੰਦਾ ਇੰਗਲੈਂਡ ਦਾ ਵੀ ਹੋ ਸਕਦਾ, ਪਰ ਉਹ ਅੰਗਰੇਜ਼ ਈਸਾਈ ਤਾਂ ਨਹੀਂ ਨਾ ਹੋ ਸਕਦਾ। ਇੱਦਾਂ ਹੀ ਅਸੀਂ ਮਤਲਬ ਕਿ ਇੰਡੀਆ ਦੇ ਵਸਨੀਕ ਹਾਂ, ਪਰ ਅਸੀਂ ਹਿੰਦੂ ਨਹੀਂ ਗਏ, ਅਸੀਂ ਸਿੱਖ ਹਾਂ। ਇਹ ਸੰਤ ਜਰਨੈਲ ਸੋਹਣੇ ਇੱਥੋਂ ਲੈ ਕੇ ਇੱਕ ਅੰਮ੍ਰਿਤਸਰ ਤੋਂ ਲੈ ਕੇ ਦੁਨੀਆ ਦੀ UN ਤੱਕ ਇਹ ਗੱਲ ਦਾ ਵਖਰੇਵਾ ਸੰਸਾਰ ਦੇ ਸਾਹਮਣੇ ਜਿਹੜਾ ਕਿ ਹੈ ਕਰ ਦਿੱਤਾ, ਜਿਹੜੀ ਕਿ ਬਹੁਤ ਵੱਡੀ ਪ੍ਰਾਪਤੀ ਹੈ, ਜਿਸ ਨੂੰ ਮਤਲਬ ਕਿ ਆਉਣ ਵਾਲੇ ਸਮੇਂ ਵਿੱਚ ਵਿਦਵਾਨ ਲੋਕ ਭੋਖਣਗੇ, ਜਿਵੇਂ ਜਿਵੇਂ ਵਿਚਾਰਨਗੇ ਉਵੇਂ ਉਵੇਂ ਪਤਾ ਲੱਗੂ ਕੀ ਕੁਛ ਦੇ ਗਿਆ ਸਾਡੀ ਕੌਮ ਨੂੰ। ਉਹਨੇ ਬਹੁਤ ਕੁਛ ਦਿੱਤਾ ਸਾਨੂੰ। ਦੂਜਾ, ਸਾਡੀ 84 ਤੋਂ ਬਾਅਦ ਜਿਹੜਾ ਸਾਡਾ ਕਾਲ ਤਖਤ ਸਾਹਿਬ ਜੀ ਦੀ ਚਰਚਾ ਸੰਸਾਰ 'ਚ ਜਿੰਨੀ ਹੋਈ ਹੈ, ਇੰਨੀ ਕਦੇ ਪਹਿਲਾਂ ਨਹੀਂ ਹੋਈ। ਤੀਜੀ ਗੱਲ ਜਿਹੜੀ ਮੈਂ ਹੋਰ ਗਿਣਦਾ ਕਿ ਅਜੋਕੇ ਯੁੱਗ ਵਿੱਚ ਸਿੱਖਾਂ ਨੇ ਆਪਣੇ ਖਾੜਕੂ ਪੁਣੇ ਦਾ ਜਿਹੜਾ ਸਾਨੂੰ ਗੁਰੂ ਸਾਹਿਬਾਨ ਨੇ ਸਿਧਾਂਤ ਦਿੱਤਾ ਸੀ, ਛੇਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਨੇ ਉਹਦਾ ਹੀ ਬਾਖੂਬੀ ਵਿਖਾਵਾ ਜਿਹੜਾ ਸੀ ਉਹ ਇੰਦਰਾ ਵੈਦਿਆ ਤੋਂ ਲੈ ਕੇ ਬਹੁਤ ਬਾਖੂਬੀ ਵਿਖਾਵਾ ਵਿਖਾਇਆ ਕਿ ਸਿੱਖ ਤੋਂ ਬਹਾਦਰ ਕੌਮ ਹੈ। ਇਹ ਬਹਾਦਰੀ ਨਾਲ ਬਹੁਤ ਵੱਡੀ ਗੱਲ ਕਰ ਸਕਦੀ, ਤੁਹਾਡੀ ਬਹਾਦਰੀ ਨੂੰ ਵੇਖ ਕੇ ਦੁਨੀਆਂ ਦੇ ਰੱਖਿਆ ਮੰਤਰੀ ਤੱਕ ਸਿੱਖ ਜਾ ਪਹੁੰਚੇ, ਵੱਡੇ ਦੇਸ਼ਾਂ ਦੇ ਰੱਖਿਆ ਮੰਤਰੀ ਹੋਣ ਤੱਕ। ਸੋ ਕਹਿਣ ਤੋਂ ਮੁਰਾਦ ਹੈ ਕਿ ਅਸੀਂ ਆਪਣੇ ਇਸ ਜਜ਼ਬਾਤ ਦੀ ਵੀ ਰਾਖੀ ਕੀਤੀ ਹੈ, ਵੱਖਰੀ ਕੌਮ ਵਜੋਂ ਵੀ ਅਸੀਂ ਸਥਾਪਿਤ ਹੋਏ ਹਾਂ। ਤੇ ਤੀਜੀ ਗੱਲ ਜਿਹੜੀ ਸਭ ਤੋਂ ਇਸ ਤੋਂ ਅਗਲੀ ਗੱਲ ਜਿਹੜੀ ਹੈ, ਜਿਹੜੀ ਅਸੀਂ ਗੰਭੀਰਤਾ ਦੇ ਨਾਲ ਜਿਹੜੀ ਜ਼ਿਆਦਾ ਗੰਭੀਰਤਾ ਵਾਲੀ ਗੱਲ ਸਾਡੀ ਸਾਡੇ ਵਾਸਤੇ ਵਾਪਰੀ ਹੈ ਕਿ ਅਸੀਂ ਆਹ ਜਿਹੜਾ ਆਮ ਜਨ ਸਧਾਰਨ ਤੁਰਿਆ ਫਿਰਦਾ, ਇਹਨੂੰ ਕਦੇ ਵੀ ਕੌਮ ਆਗੂ ਨਹੀਂ ਮੰਨਦੀ ਤੇ ਨਾ ਮੰਨੇਗੀ। ਜੇ ਮੰਨੇਗੀ ਤੇ ਉਹ ਉੱਥੇ ਹੀ ਆ ਕੇ ਮੰਨੇਗੀ ਜਦੋਂ ਉਹ ਗੁਰੂ ਸਾਹਿਬਾਨ ਦੇ ਸਿਸਟਮ ਦੇ ਤਹਿਤ ਆ ਕੇ ਆਪਣੇ ਆਪ ਨੂੰ ਖੜਾ ਕਰੇਗਾ, ਉਹਨਾਂ ਚਿਰ ਨਹੀਂ ਮੰਨੇਗੀ। ਇਹ ਨਹੀਂ ਗਾ ਵੀ ਹੁਣ ਜਿਹੜਾ ਮਰਜ਼ੀ ਆਵੇ, 4 ਦਿਨ ਬਿਆਨ ਆਪਦੇ ਹੱਥ 'ਚ ਲਵਾ ਕੇ ਤੇ ਲੋਕਾਂ ਨੂੰ ਰਾਏ ਪਾ ਕੇ ਤੇ ਮੂਰਖ ਬਣਾ ਕੇ ਰਾਏ ਪਵੇ, ਉਹ ਨਹੀਂ ਹੋਣੀ। ਇਹ ਗੱਲਾਂ ਜਿਹੜੀਆਂ ਨੇ ਸਾਡੀ ਕੌਮ 'ਚ ਇਹ ਉਦੋਂ ਬਾਅਦ ਆ ਚੁੱਕੀਆਂ ਨੇ। ਤੇ ਇੱਕ ਨੁਕਸਾਨ ਵੀ ਸਾਡੇ ਬਹੁਤ ਹੋਇਆ, ਉਹ ਸਾਡੀ ਸ਼ਹਾਦਤਾਂ ਬਹੁਤ ਜ਼ਿਆਦਾ ਹੋਈਆਂ ਨੇ, ਉਹ ਰੁਲੇ ਬਹੁਤ ਜ਼ਿਆਦਾ ਆ, ਉਹਨਾਂ ਦੀ ਕੁਰਬਾਨੀਆਂ ਦਾ ਮੁੱਲ ਨਹੀਂ ਪਾ ਸਕੇ। ਮੁੱਲ ਉਦੋਂ ਪੈਂਦੇ ਜਦੋਂ ਸਰਕਾਰਾਂ ਬਣਨ ਜਾਂ ਕੋਈ ਸੰਸਥਾਵਾਂ ਬਣਨ ਔਰ ਉਹਨਾਂ ਸੰਸਥਾਵਾਂ ਉਹਨਾਂ ਨੂੰ ਸਾਂਭਣ, ਉਹਨਾਂ ਦੀ ਮਤਲਬ ਕਿ ਮਾਲੀ ਸਹਾਇਤਾ ਕਰਨ, ਉਹਨਾਂ ਦੀ ਵਿਦਿਅਕ ਸਹਾਇਤਾ ਕਰਨ ਬੱਚਿਆਂ ਦੀ, ਉਹਨਾਂ ਦੇ ਹੋਰ ਸਾਰੇ, ਉਹ ਕੁਛ ਸਾਡੇ ਧਿਰਦੇ ਹੱਥ 'ਚ ਆਇਆ ਨਹੀਂ ਅਜੇ ਤੱਕ, ਜਿਸ ਕਰਕੇ ਅਸੀਂ ਉਹ ਬਹੁਤ ਵੱਡੇ ਘਾਟੇ 'ਚ ਹੋਈ ਹੈ। ਜਿਹੜਾ ਘਾਟਾ ਕਿ ਅਸੀਂ ਅੱਜ ਤੱਕ ਹਜੇ ਮਹਿਸੂਸ ਕਰ ਰਹੇ ਹਾਂ, ਸਾਨੂੰ ਲੱਗ ਨਹੀਂ ਰਿਹਾ ਹੈਗਾ ਕਿ ਉਹ ਘਾਟਾ ਉਹ ਕਦੇ ਵੀ ਪੂਰਾ ਨਹੀਂ ਹੋਣ ਵਾਲਾ, ਜਿਹੜਾ ਉਹ ਘਾਟਾ। ਖੈਰ ਇਹ ਗੱਲ ਹੈ ਕਿ ਉਹ ਜ਼ਖਮ ਜਿਹੜੇ ਨੇ ਉਹ ਜ਼ਖਮ ਤਾਂ ਕਦੇ ਵੀ ਨਹੀਂ ਮਿਲਦੇ ਹੈਗੇ, ਪਰ ਉਹਨਾਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜੇ ਕੋਈ ਮਤਲਬ ਕਿ ਲੋਕਤੰਤਰ ਤੋਂ ਜਾਂ ਜਿਹੜੀ ਸਿਰਾਂ ਦੀ ਲੜਾਈ ਤੋਂ ਪਾਸੇ ਜਾ ਕੇ ਕੋਈ ਜਜ਼ਬਾਤੀ ਲੜਾਈ ਲੜਨਾ ਚਾਹੁੰਦਾ ਤੇ ਉਹਨੂੰ ਫਿਰ ਦੂਜੀ ਲੜਾਈ 'ਚੋਂ ਪਾਸੇ ਹੋ ਗਏ, ਉਹ ਲੜਾਈ ਲੜਨੀ ਚਾਹੀਦੀ ਹੈ, ਦੂਜੀ ਲੜਾਈ ਪਾਸੇ ਨਹੀਂ ਲੜਨਾ ਚਾਹੀਦਾ ਤਾਂ ਕਿ ਦੂਜਿਆਂ ਦਾ ਰਸਤਾ ਬਲੌਕ ਨਾ ਹੋਵੇ। ਜਿਹੜੇ ਪੋਲੀਟੀਕਲ ਤੌਰ ਤੇ ਲੜ ਸਕਦੇ ਉਹ ਪੋਲੀਟੀਕਲ ਹੀ ਲੜਨ, ਉਹ ਫਿਰ ਵੱਡੇ ਤੋਂ ਵੱਡੇ ਨਾਅਰੇ ਨਾ ਮਾਰਨ, ਉਹ ਕਹਿਣ ਵੀ ਇਹਨੇ ਨਾਅਰੇ ਮਾਰਨੇ ਪਰੇ ਹੋ ਕੇ ਮਾਰ ਲਓ, ਅਸੀਂ ਇੱਥੋਂ ਤੱਕ ਲੜਨਾ। ਬਿਲਕੁਲ ਵੱਖਰੇ ਆਪਾਂ ਉੱਧਰ ਦੇ ਉੱਧਰ ਦਾ ਲੱਤ ਨਾ ਲਾਉਣ, ਉੱਧਰ ਦੇ ਉੱਧਰ ਲੱਤ ਨਾ ਲਾਉਣ, ਤਾਂ ਕਿ ਆਪ ਅਸੀਂ ਮੈਂ ਨਹੀਂ ਬਣ ਸਕਦਾ, ਘੱਟੋ ਘੱਟ ਮੈਂ ਕਿਸੇ ਹੋਰ ਦਾ ਰਸਤਾ ਰੋਕਣ ਦੀ ਕੋਸ਼ਿਸ਼ ਚਾਹੀਦੀ ਆ। ਹਾਂ, ਇੱਕ ਗੱਲ ਹੋਰ ਵੀ ਹੈ ਕਿ ਜਿਹੜੇ ਡਰਾਇੰਗ ਰੂਮਾਂ 'ਚ ਬੈਠ ਕੇ ਤੇ ਵੱਡੀ ਗੱਲ ਸਾਡੇ ਕੌਮ ਤੋਂ ਕੁਆ ਕੇ ਤੇ ਅਗਲੇ ਦਿਨ ਮੁੜ ਕੇ 6-6 ਮਹੀਨੇ ਦਰਸ਼ਨ ਨਹੀਂ ਨਾ ਦਿੰਦੇ ਤੇ ਸਾਡੇ ਬੰਦੇ ਮੁੜ ਕੇ ਉਸੇ ਦੁਆਲੇ ਉਲਝੇ ਰਹਿ ਜਾਂਦੇ ਆ, ਉਹ ਉਹਨਾਂ ਬੰਦਿਆਂ ਨੂੰ ਵੀ ਜਾਂ ਤਾਂ ਅੱਗੇ ਹੋ ਗਏ ਤੁਰ ਨਾਲ ਤਾਂ ਲਿੱਤੇ ਸਵੇਰੇ, ਇਹ ਨਹੀਂਗਾ ਵੀ ਤੂੰ ਕੱਲ੍ਹ ਨੂੰ ਆਪਦੇ 6 ਮਹੀਨੇ ਕਹੇ ਮੇਰਾ ਉੱਧਰ ਕੰਮ ਹੈ, ਮੇਰੇ ਵਿਆਹ ਹੈ, ਮੇਰੀ ਸ਼ਾਦੀ ਹੈ, ਮੈਂ ਉੱਧਰ, ਮੈਂ ਤੇ ਧਰਨੇ 'ਚ ਨਹੀਂ ਆ ਸਕਦਾ, ਮੁਜ਼ਾਹਰੇ 'ਚ ਨਹੀਂ ਆ ਸਕਦਾ, ਇਕੱਠ 'ਚ ਨਹੀਂ ਜਾ ਸਕਦਾ, ਮੈਂ ਉੱਥੇ ਨਹੀਂ ਜਾ ਸਕਦਾ, ਮੈਂ ਪਬਲਿਕ ਨਹੀਂ ਜਾ ਸਕਦਾ, ਉਹ ਨਹੀਂ, ਜੇ ਸੁਝਾਅ ਦੇਣਾ ਤੇ ਨਾਲ ਖੜ ਜੀ। ਜਿਵੇਂ ਰਸ਼ਪਾਲ ਸਿੰਘ ਸੰਤ ਜਰਨੈਲ ਸਿੰਘ ਦਾ ਸਲਾਹਕਾਰ ਸੀ ਤੇ ਨਾਲ ਹੀ ਸ਼ਹਾਦਤ ਦੇ ਗਿਆ ਜੀ, ਜਦ ਇੱਦਾਂ ਖੜ, ਜੇ ਤੂੰ ਏਦਾਂ ਨਹੀਂ ਕਰ ਸਕਦਾ, ਇੱਕ ਦਿਨ ਆ ਕੇ ਸਲਾਹ ਦੇ ਕੇ ਸਾਨੂੰ ਪੁੱਠੇ ਪੰਗੇ 'ਚ ਪਾ ਗਏ ਆ, ਫਿਰ ਮੁੜ ਕੇ ਲੱਭਦਾ ਨਹੀਂ 6-6 ਮਹੀਨੇ, ਉਹਨਾਂ ਤੋਂ ਖਹਿੜਾ ਛੁਡਾਇਆ ਜਾਵੇ। ਜੀ ਜੀ ਬਿਲਕੁਲ ਬਿਲਕੁਲ ਬਿਲਕੁਲ। ਭਾਈ ਮੋਹਕਮ ਸਿੰਘ ਜੀ, ਤੁਸੀਂ ਬੜੀ ਜੂਨ 84 ਦੇ ਉੱਤੇ ਖੁੱਲ ਕੇ ਜਾਣਕਾਰੀ ਜਿਹੜੀ ਆ ਉਹ ਦਿੱਤੀ, ਪ੍ਰੋਗਰਾਮ ਨੂੰ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।